ਉਹ ਕਵਿਤਾਵਾਂ ਵਿੱਚ ਇਦਾਂ ਹੀ ਸਿੱਧੂ ਮੂਸੇ ਵਾਲਾ ਜਿੱਦਾਂ ਹੈਗਾ ਨਾ ਵੀ ਸਿੱਧੂ ਮੂਸੇ ਵਾਲੇ ਦਾ ਵੀ ਇੱਕ ਲਾਈਨ ਹੈ ਨਾ ਉਹ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ ਤੇਰਾ ਉੱਠੂਗਾ ਜਨਾਜ਼ਾ ਤੇਰਾ ਜਵਾਨੀ 'ਚ ਉੱਠ ਤੇਰਾ ਉੱਠੂਗਾ ਜਵਾਨੀ 'ਚ ਜਨਾਜ਼ਾ ਮਿੱਠੀਏ ਇਸੇ ਤਰ੍ਹਾਂ ਸ਼ਿਵ ਕੁਮਾਰ ਵੀ ਅਸਾਂ ਤਾਂ ਜੋਬਨ ਰੁੱਤੇ ਮਰਨਾ ਮਰਨੇ ਦੀ ਰੁੱਤ ਸੋਈ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਉਹ ਇਸੇ ਕਰਕੇ ਕਿ ਕੋਈ ਡਰਿੰਕ ਜ਼ਿਆਦਾ ਕਰਦਾ ਸੀ ਅਤੇ ਉਹਨੂੰ ਇੱਦਾਂ ਲੱਗਦਾ ਸੀ ਕਿ ਵੀ ਮੈਂ ਸ਼ਾਇਦ ਜੋਬਨ ਰੁੱਤੇ ਮਰ ਜਾਵਾਂ ਜਾਂ ਇਸ ਕਰਕੇ ਉਹਨੇ ਫਿਰ ਉਹਨੂੰ ਗਲੋਰੀਫਾਈ ਕਰਨਾ ਸ਼ੁਰੂ ਕਰਤਾ ਮੈਂ ਛੜਾ ਹੁੰਦਾ ਸੀ ਅਤੇ ਮੈਂ ਆ ਜਾਓ ਰਹਿ ਜਾਓ ਕਿ ਉੱਥੇ ਮੇਰਾ ਕਮਰਾ ਤਿੰਨ ਕਮਰੇ ਦਾ ਮਕਾਨ ਸੀ ਮੇਰੇ ਕੋਲ ਕੁੜੀਆਂ ਆਪਣੇ ਸਾਈਕਲ 'ਤੇ ਬਿਠਾ ਕੇ ਉਹਨੂੰ ਲੈ ਜਾਂਦੀਆਂ ਸੀ ਉਹ ਪਿੱਛੇ ਬਹਿ ਜਾਂਦਾ ਸੀ ਅਤੇ ਉਹ ਚਲਾਉਂਦੀਆਂ ਕੁੜੀਆਂ ਚਲਾਉਂਦੀਆਂ ਜਾਂਦੀਆਂ ਰਾਈਟਰ ਤਾਂ ਫਿਰ ਮੇਰੇ ਸਾਰੇ ਹੀ ਵਾਕਫ ਹੋ ਗਏ ਅਮਰਤਾ ਪ੍ਰੀਤਮ ਕਰਤਾਰ ਸਿੰਘ ਕੁਲਵੰਤ ਸਿੰਘ ਬਿਰ ਪ੍ਰੋਫੈਸਰ ਮੋਹਨ ਸਿੰਘ ਤੁਸੀਂ ਕਿੰਨਾ ਕੁ ਸਮਾਂ ਬਿਤਾਇਆ ਸ਼ਿਵ ਕੁਮਾਰ ਹੋਣਾ ਨਾਲ ਉਹ ਬਹੁਤੇ ਖੜਕੇ ਦੜਕੇ ਵਾਲੀ ਥਾਂ ਦੇ ਉੱਤੇ ਜਾਂਦੇ ਜਾਂਦਾ ਜਾਣਾ ਨਹੀਂ ਸੀ ਪਾਉਂਦਾ ਜਿੱਦਾਂ ਬਲਵੰਤ ਗਾਰਗੀ ਕਾਫੀ ਹਾਊਸ 'ਚ ਬੈਠਣਾ ਪਸੰਦ ਕਰਦਾ ਸੀ ਸ਼ਿਵ ਨਹੀਂ ਸੀ ਕਾਫੀ ਹਾਊਸ ਜਾਂਦਾ ਜਿਹੜੀ ਆਖਾਂ ਵਾਰੇ ਸ਼ਾਹ ਨੂੰ ਵੀ ਹੈ ਨਾ ਇਹਨੂੰ ਵੀ ਅਸੀਂ ਬਹੁਤ ਅੱਛੀ ਪੋਇਟਰੀ ਉੱਤਮ ਕਵਿਤਾ ਨਹੀਂ ਮੰਨਦੇ ਸਧਾਰਨ ਜੀਆਂ ਗੱਲਾਂ ਨੇ ਕਬਰਾਂ ਵਿੱਚੋਂ ਬੋਲ ਇਹ ਕਰ ਇਹ ਕਰ ਇਹ ਕਰ ਅਜੀਤ ਕੌਰ ਦਾ ਬੋਲਡ ਲਿਖਣਾ ਤਾਂ ਬਹੁਤ ਮਸ਼ਹੂਰ ਸੀ ਅਮ੍ਰਿਤਾ ਪ੍ਰੀਤਮ ਇੰਨਾ ਬੋਲਡ ਨਹੀਂ ਸੀ ਲਿਖਦੀ ਦੋ ਕੁ ਮਹੀਨੇ ਦੇ ਅੰਦਰ ਅੰਦਰ ਹੀ ਮੋਹਨ ਭੰਡਾਰੀ ਅਤੇ ਗੁਰਦੇਵ ਰੁਪਾਣਾ ਉਹਨਾਂ ਦੀ ਡੈਥ ਵੀ ਇੱਕ ਦੂਜੇ ਦੇ ਨਾਲ ਹੀ ਹੋ ਗਈ ਸਾਦਤ ਹਸਨ ਮੰਟੋ ਨੂੰ ਫੋਲੋ ਕੀਤਾ ਸੀ ਮੰਟੋ ਨੇ ਗੰਜੇ ਫਰਿਸ਼ ਦੇ ਨਾਂ ਦੀ ਕਿਤਾਬ ਲਿਖੀ ਸੀ ਜਿਹਦੇ ਵਿੱਚ ਇੱਦਾਂ ਹੀ ਆਪਣੇ ਦੋਸਤਾਂ ਮਿੱਤਰਾਂ ਬਾਰੇ ਸਕੈਚ ਲਿਖੇ ਸੀ ਦਲੀਪ ਕੌਰ ਟਿਵਾਣਾ ਬਾਰੇ ਥੋੜ੍ਹਾ ਜਿਹਾ ਹੈ ਲੋਕਾਂ ਦਾ ਵਿਚਾਰ ਮੈਨੂੰ ਵੀ ਥੋੜ੍ਹਾ ਜਿਹਾ ਠੀਕ ਲੱਗਦਾ ਬਲਵੰਤ ਗਾਰਗੀ ਬਾਰੇ ਨਹੀਂ ਇਹ ਕਿਹਾ ਜਾ ਸਕਦਾ ਕਮਲ ਬਾਰੇ ਨਹੀਂ ਕਿਹਾ ਜਾ ਸਕਦਾ ਸ਼ਿਵ ਕੁਮਾਰ ਬਾਰੇ ਵੀ ਨਹੀਂ ਕਿਸੇ ਨਾਲ ਕਿਸੇ ਹੋਰ ਕਿਸੇ ਬਾਰੇ ਛੇਤੀ ਨਹੀਂ ਕਿਹਾ ਜਾਂਦਾ ਉਸ ਵਕਤ ਜ਼ਿਆਦਾ ਪਾਪੂਲੈਰਿਟੀ ਸੀ ਲੇਖਕਾਂ ਦੀ ਕਿ ਤੁਹਾਨੂੰ ਲੱਗਦਾ ਵੀ ਹੁਣ ਦੇ ਦੌਰ 'ਚ ਜ਼ਿਆਦਾ ਹੈ ਕੋਈ ਵਾਕਫ ਆਇਆ ਅਤੇ ਵਿੱਚ ਉਹ ਵੀ ਲੱਗਿਆ ਹੋਇਆ ਅਤੇ ਉੱਥੇ ਵਾਕਫ ਨਾਲ ਵੀ ਗੱਲਾਂ ਕਰੀ ਜਾਂਦੇ ਹੋ ਰਾਈਟਿੰਗ ਤੁਹਾਡੀ ਕੰਸੈਂਟਰੇਸ਼ਨ ਮੰਗਦੀ ਹੈ ਜਿੱਦਾਂ ਜਿਹਨੇ ਕੋਈ ਵੀ ਸ਼ਾਇਦ ਪੰਜਾਬੀ ਕਿਤਾਬਾਂ ਬਹੁਤ ਘੱਟ ਕਿਸੇ ਨੇ ਪੜ੍ਹੀਆਂ ਹੋਣਗੀਆਂ ਨਾ ਉਹਨਾਂ ਨੇ ਵੀ ਮੈਨੂੰ ਲੱਗਦਾ ਹੁੰਦਾ ਕੁਲਵੰਤ ਸਿੰਘ ਵਿਰਕ ਉਹਨਾਂ ਦੀ ਖੱਬਲ ਕਹਾਣੀਆਂ ਜਿਹੜੀ ਉਹ ਜ਼ਰੂਰ ਪੜ੍ਹੀ ਹੋਊਗੀ ਵਿਰਕ ਬਹੁਤ ਅੱਛਾ ਰਾਈਟਰ ਸੀ ਐੱਮ ਐੱਸ ਰੰਧਾਵਾ ਬਹੁਤ ਅੱਛਾ ਐਡਮਿਨਿਸਟ੍ਰੇਟਰ ਸੀ ਅਮ੍ਰਿਤਾ ਪ੍ਰੀਤਮ ਬਹੁਤ ਅੱਛੀ ਪਰਸਨ ਸੀ ਬੜੇ ਚੰਗੇ ਦੋਸਤ ਚੰਗੇ ਵਾਕਫ ਜ਼ਿੰਦਗੀ 'ਚ ਮਿਲੇ ਨੇ ਅਤੇ ਮੈਂ ਤਾਂ ਹੁਣ ਲੋਕਾਂ ਨੂੰ ਕਹਿੰਦਾ ਕਿ ਉੱਪਰ ਮੈਂ ਅਰਜ਼ੀ ਪਾਈ ਹੋਈ ਹੈ ਉੱਪਰ ਵਾਲੇ ਨੂੰ ਅਲਜ਼ਾਈਮਰ ਹੋ ਗਿਆ ਉਹ ਹੋਰਨਾਂ ਨੂੰ ਲਈ ਜਾਂਦਾ ਮੇਰੀ ਵਾਰੀ ਨਹੀਂ ਆ ਰਹੀ ਮੈਂ ਇਸ ਕਰਕੇ ਵੀ ਲਿਖੀ ਜਾਣਾ ਲੋਕਾਂ ਨੂੰ ਪਤਾ ਰਿਹਾ ਵੀ ਜਿਉਂਦਾ ਹੈ ਹਰ ਹਫ਼ਤੇ ਪਟਿਆਲਾ ਮੋੜ ਦੇ ਉੱਤੇ ਜਿੱਥੇ ਹੁਣ ਅੱਜ ਕੱਲ੍ਹ ਇੰਨੀਆਂ ਬਿਲਡਿੰਗਾਂ ਬਣ ਗਈਆਂ ਇੰਨਾ ਕੁਛ ਹੈ 1951 ਵਿੱਚ ਇੱਕ ਚਾਹ ਬਣਾਉਣ ਵਾਲਾ ਬੈਠਾ ਹੁੰਦਾ ਸੀ ਅਤੇ ਇੱਕ ਪੈਂਚਰ ਲਾਉਣ ਵਾਲਾ ਇਹ ਗੱਲ ਬੜੀ ਗਲਤ ਹੈ ਕਿ ਤੁਸੀਂ ਜ਼ਿੰਦਗੀ ਨੂੰ ਬਕਵਾਸ ਕਹੋ ਜਾਂ ਉਸ ਸ਼ਹਿਰ ਨੂੰ ਥੁੱਕੋ ਜਿਸ ਨੇ ਤੁਹਾਨੂੰ ਇੰਨਾ ਮਾਣ ਸਨਮਾਨ ਦਿੱਤਾ ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਕੌਰ ਸੰਧੂ ਅੱਜ ਫਿਰ ਤੋਂ ਇੱਕ ਵਾਰ ਪ੍ਰੋਗਰਾਮ ਦਸਤਕ ਲੈ ਕੇ ਹਾਜ਼ਰ ਹਾਂ ਪਹਿਲਾਂ ਵੀ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੀਆਂ ਮੁਲਾਕਾਤਾਂ ਗੁਲਜ਼ਾਰ ਸਿੰਘ ਸੰਧੂ ਹੁਣਾਂ ਨਾਲ ਬਹੁਤ ਵਾਰ ਅਸੀਂ ਕਰਵਾ ਚੁੱਕੇ ਹਾਂ ਪਰ ਅੱਜ ਇਸ ਮੁਲਾਕਾਤ ਦਾ ਇੱਕ ਬਹੁਤ ਹੀ ਖਾਸ ਮਕਸਦ ਹੈ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਤੁਸੀਂ ਪੜ੍ਹੀਆਂ ਹੋਣਗੀਆਂ ਬਹੁਤ ਹੀ ਮਕਬੂਲ ਕਿਤਾਬ ਉਹਨਾਂ ਦੀ ਸਵੈ ਜੀਵਨੀ ਬਿਨ ਮੰਗੇ ਮੋਤੀ ਮਿਲੇ ਤਕਰੀਬਨ 20 ਵਰੇ ਹੋ ਗਏ ਨੇ ਉਹਨਾਂ ਨੂੰ ਅਜੀਤ ਅਖਬਾਰ 'ਚ ਨਿਕਸੁਕ ਸਿਰਲੇਖ ਦੇ ਨਾਂ ਦੇ ਨਾਲ
आर्टिकल लिखते हैं, वीकली कॉलम लिख रहे हैं वो अजीत अखबार दे विच, पर अज आपां उन्हां तो एक वक्रे किस्म का निकसुक आ जिहड़ा वो इकट्ठा करन आया। कुछ दिन पहला मैं बलवंत गार्गी हुणा दी किताब सुरमे वाली अख पढ़ रही सी, जिहदे विच उन्हां ने बहुत सारे उन्हां लेखकों बारे रेखा चित्र लिखे हुए ने जिन्हां नाल उन्हां ने समा बिताया सी। ते उसे किताब दे विच गुलजार सिंह संधू हुणा दा जिक्र पढ़ के मेरे मन दे विच ख्याल आया कि क्यों ना बिल्कुल बलवंत गार्गी हुणा दी किताब वांग आपां उन्हां तो उन्हां लेखकों बारे सुणीए जिन्हां नाल उन्हां ने समा बिताया है। जेकर तुसी गुलजार सिंह संधू हुणा दी जिंदगी बारे होर जानना चाहुंदे हो तां साडे चैनल ते उन्हां नाल होईआं पहलीआं मुलाकातां तुसी देख सकदे हो। अज आपां जिस मकसद लई आए हां उन्हां दा आपां उस लई स्वागत करदे हां। सत श्री अकाल सर। सत श्री अकाल जी। सत श्री अकाल। की हाल है तुहाडा? बस हुण धक्का दे रहा। नहीं, मैनू लगदा तुसी धक्का नहीं दे सकदे क्योंकि जदों तुसी कहिंदे हो ना कि मैं इस उम्र च वी खुद कार ड्राइव करदा तां मैनू लगदा तुसी बहुत जिंदा दिल हो ते बहुत फिट पए हो। गड्डी तां मैं चलाई जांदा। असल च लत्तां थोड़ी जिहियां कमज़ोर हो गईआं, बहुती देर खड़िया नहीं जाता, बहुती देर तुर नहीं सकता। कई बारी पगड़ी बांधदा बांधदा जे खड़े होकर बांधदा तां थक जाना, इदां दी गल होई हुई है। मैंटली ठीक है, गड्डी चलाउण विच तां कुछ नहीं, गेयर दबना ते मैंटली ठीक है। पिछले बार जो असं आए थे तो मैम कहते भी गुलजार तो सौंदे बहुत ने, भी इन्होंने ठीक ही रहना क्योंकि सौंदा मैं हाले भी बहुत। वो तो मेरा सौना तो मशहूर है, मैं बहुत घट खाना है तो बहुत ज़्यादा सौना है। तो अजकल लिख रहे हो कुछ? कॉलम तो मेरा चलता ही है, तो मैं एक नावल प्लैन किया हुआ अपने बजुर्गों बारे। वो ऊठ बहुते होंगे सके, खेती नहीं सी इन्नी करते साढ़े पिंड वाल, क्योंकि पहाड़ नेड़े लगता है तो ऊठ बड़े लोगों को होंगे सी, हूँ तो नहीं रहे। हाँ जी। वो पिंड वाले लोग थले का माल उपर ले जाते थे पहाड़े ते, उपर का माल पहाड़े ते थले ले आते। मेरे पिता जी जरा ज़्यादा एडवेंचरस सी, वो फिर भी सोच लेंदे सी भी जे उपरों कोई समान पहाड़े ते नहीं मिल रहा तो उन्होंने वो चीज़ खरीद रही होनी जी मैदान में महंगी होंगी सी, तो मैदान तो उपर जे ऊठ वेले है तो वह चीज़ लद के लै जाना उपर खरीद के लै जाना जी उपर पहाड़ जाके महंगी बिक जाती सी। तो फिर जो सड़क बन गई तो ऊठा का काम खत्म हो गया, ट्रक जान लग गए, वो सस्ते भी जाते थे समान वो तो छेती भी जाता सी ऊठ तो हौली हौली। फिर पिता जी का वो काम बंद हो गया तो हल उन्होंने फिर बाहना नहीं आता, फिर ठेके से जमीन दे रहे, बहुत घट काम खेत में करते थे। पर मेरा परिवारिक पिछोकड़ कुछ इस तरह का ही है। पढ़िया मैं बचपन मेरा मालवे का खंडा स्कोल रोड के उत्ते पिंड पैंदा कोटला बाटला, वो मेरा नानका पिंड से उत्थे मैं पैदा होया। उत्थे एक मेरा हमजबाती मामा भी सी जिहड़ा मेरे तो 20 दिन महीना वड्डा सी, हालांकि असी वो दोनों उस घर विच पैदा हुए सी, ना नानी नूं चंगी तरह याद सी ना ना मेरी माँ नूं कि भी किन्ने दिन वड्डा, कोई कहिंदी सी 20 दिन वड्डा कि नहीं नहीं उहदा महीना वड्डा हैगा वड्डा सी मित्र। ते उत्थे रह के मैं फिर मेरी मासी दा पिंड सी खन्ने दे कोल बाह माजरा, वो मेरी मासी हुई ते मेरे मामे दी वो भैन हुई, उहदा हसबैंड बजुर्ग सीगे, उन्हां दी डैथ हो चुकी सी, वो फिर सानूं दोहां नूं उत्थे लै गए। मैं असीं बहुमाजरे रह के 8 जमातां पहलियां पास कीतियां, पहलां बहुमाजरे दे प्राइमरी स्कूल विच ते फिर खन्ने दे आरिया हाई स्कूल विच 8वीं तक। फिर वो तो बाद मैं अपने पिंड चला गया क्योंकि मैं साइकिल चलाउण जोगा हो गया। तो सवरन भी बड़ी, वो मेरा मामा भी बड़ी जिद करदा सी, लेकिन वह फिर मेरे बापू जी कहते नहीं मेरे तो दो बच्चों का नहीं सांभिया जाना, उन्होंने फिर वो इतने ही खन्ने पढ़ता रहा आरिया कॉलेज, मैं
उत्थे खालसा कॉलेज मालपुर भी जाके पढ़ता रहा। मेरी बीए करके मैं दिल्ली चला गया, 30-35 साल दिल्ली रहा, हूँ 30-35 साल तो चंडीगढ़ ते मोटे जे तौर पर लाइफ है। मैं तो जो भी तुम्हें मिलती हूँ मैं सब तो ज़्यादा खुशी इसलिए भी होंगी कि तुम मेरे पिंड रह के बड़े हो, है ना, तो ये मैं बड़ी साढ़े तो मशहूर हों ना जर गया ना थोड़ा पिंड तो साढ़े कहते चक च हाँ हाँ चल चलिए जरग दे मेले मुंडा तेरा मैं चुक लूँ। हाँ जी हाँ जी। इधर अमलोह भी नेड़े है तो ये बारे भी बोली होंगी सी चक घग्गर अमलोह नू चलिए पेशी नाजम दे उत्थे तहसीलदार बहिंदा सी जां कोई बहिंदा सी उन्हूं नाजम कहिंदे सी चक घग्गर अमलोह नू घग्गरा पाउंदियां सी ना उस वेले जनानियां ते हुण तां घग्गरा कोई पहिंदे नहीं। मेरी माँ घग्गरा पाउंदी रही है, मेरी नानी घग्गरा पाउंदी रही है ते मेरी वाइफ ने नहीं पाया ते घग्गरे उस वेले आम सी कुंड कढ़ना ते घग्गरा जिहड़ा ना पाउणा ए मस्ट सी फॉर ए मैरिड वूमैन ते अनमैरिड कुड़ियां तो नहीं सी पाउंदियां। मेरी माँ भी घग्गरा पाउंदी रही है ते उसे ते बोली बनी सी चक घग्गरा मलोह नू चलिए पेशी नाजम दे भी मुकदमे बड़े होंदे सी छोटे छोटियां गल्लां पिछे आपस विच जां तां फिर डंग सोटे नाल मारे जांदे सी ते जां फिर कचहरियां विच कचहरियां भुगतनियां पैंदियां सी। पुराने टाइम इदां दे सीगे असल च। बिल्कुल। ते तुहानू लिखणा किहड़ी बोली च वधिया लगदा? मलवई बोली सोहणी लगदी है तुहानू कि तुसीं दुआबे च लिखदे? मैं बल्कि मेरे बारे बड़ा अजीब सी, मैं दिल्ली जाके मैं कहना भी मैं दुआबे दा हां जी बोलदा मैं मलवई सी क्योंकि मैं तो मालवे च ही पढ़िया सी ते जिहड़ी मैं लिखदा बोली वह मैं स्टैंडर्ड पंजाबी जिहड़ी है माझे दी समझ लो या कोई भी कह लो, मैं कोई लोकल लैंग्वेजेस किसी नूं भी नहीं, मैं सांझी जिहड़ी बोली है ना उदा मैं एक दो कहानियां दिल्ली दी लैंग्वेज विच भी लिखी हैं डायलॉग जड़े उन्हां दे वह शुरू शुरू की गल है बाद विच नहीं। मैं बोली उही जिहड़ी सांझी बोली है ना जिहड़ी टकसाली बोली है मैं उहदे च लिखदा। ते आपां जदों पिछली मुलाकात तुहाडे नाल कीती सी तां उहदे च शिव कुमार होणा बारे बहुत गल्लां कीतियां सी आपां, पर जदों मैं जिवें तुहानूं दस्सिया कि बलवंत गार्गी होणा दी इह किताब पढ़ी है ना तां तुहाडे नाल वी जदों मैं गल्लबात कीती तां तुसीं तां बहुत सारे अपने उस बलवंत असल च मेरे घर दे बहुत नेड़े सी ते ओह बहुत अक्सर ही मेरे कोल आ जांदा सी जां कॉफी हाउस मिलदा रहिंदा सी ते उहदे नाल मेरियां काफ़ी सांझ सी। ओह मेरे दोस्त तारा सिंह दा भी बड़ा दोस्त सीगा ते उंज भी ओह जदों कदी चले जांदा सी विदेश कंट्रियां दे विच जांदा रहिंदा सी कदे अमरीका कदे इंग्लैंड दो दो महीने लई ते कई बार चाबी मैनू अपने घर की दे जांदा सी ते मैं अरतारा सिंह शाम नूं जे वेले होईए कॉफी हाउस तो उठ के दारू दूरू पून दा प्रोग्राम उहदे कमरे जाके पी लई अपने घर जाण दी बजाए। गार्गी बहुत वधिया बंदा सी, उहनूं दोस्ती पालण दा बहुत शौक सी ते ओह भी थोड़ा मालवे असी वैसे उस एरिए असी जंगल कहने हैं लेकिन वह मालवे का ही होने करके भी मैनू बहुत प्यार करता सी कि भी मैनू मलवई मैं नानकियां ने पढ़िया होया उन्हू पता नहीं शायद पता भी नहीं सी भी मेरा हुशियारपुर विच पिंड है वह मैनू मलवई ओ समझदा सीगा ते दिल्ली विच एक्चुअली दिल्ली में जिहड़ा मेरे नाल लोकां दी राइटरां दी वाकफी हुई उहदा असल कारण ते
मेरा एम एस रंधावा महिंदर सिंह रंधावा के दफ्तर में काम कर काम करना जी। एम एस रंधावा बड़े बहुत बड़े दिल का बंदा सी और बहुत एफिशेंट ऑफिसर सी। वो जदों इंडियन काउंसल ऑफ एग्रीकल्चर रिसर्च दे वाइस प्रेसिडेंट बने तां वो एक मेरा ख्याल नौरंग सिंह सी उहदा नाम, उहनू उत्थे ले जाना चाहुंदे सीगे अपने दफ्तर विच। ते दिलचस्प गल ये है कि भी उन्होंने फिर पोस्टां एडवरटाइज़ कीतियां, कली पंजाबी दी तां क्रिएट नहीं सी करते सेंट्रल गौरमेंट विच, उन्होंने छे लैंगुएज दे विच सब एडिटर रखण दा फैसला कर लिया सिर्फ नौरंग सिंह नूं उत्थे ले जाण लई। छे लैंगुएज विच कीता ते उन्हां च उर्दू तां उर्दू और पंजाबी तां रखना ही सी, उन्हें कोई उर्दू पंजाबी उन्हां दी आप जानते सी, उर्दू पंजाबी बंगाली मराठी तमिल तेलगू छे जमाना दे सब टीटर की पोस्ट एडवरटाइज हुई। तो एडवरटाइजमेंट दे विच लिखा सी क्वालिफिकेशन मैट्रिकुलेशन, क्योंकि नौरंग सिंह सिर्फ मैट्रिकुलेट ही सी। अच्छा, तो एज लिमिट 38 ईयर, क्योंकि वो उम्र 38 सी। तो वो होया ये कि भी मैं मेरा एक दोस्त होंदा सी जिहदे कोल मैं पेइंग गैसट रहिंदा सी, वो भी जर्नलिस्ट सी, ते मैं उहदे कोल पी जी दे तौर ते रहिंदा सी। ते वो कहिं मैं उहनूं कहा, मैं कहा एडवरटाइज एक पोस्ट निकली है, कहिंदा तूं कर दे अपलाई। फिर मैं कहा भी ये जिहड़ा मैनूं किसे तों पता लग्गिया भी ये तां उहने किसे खास बंदे लई कढ़ी है, कहिंदा कोई नहीं रिजैक्ट हो जाएगा तैनूं की है। मैं अप्लाई लास्ट डे तक नहीं किया, तो लास्ट डे उन्हें एप्लीकेशन में लिया के रख ली फार्म। लास्ट दिन के उत्ते वो देसराज गोयल ने मेरा फार्म भरया, मेरे दस्तखत कराए, तो मैनू दफ्तर छड के आया, ICR दे नाल गया मेरे ऑटो करके, तो उत्थे उहदे करके मैं अप्लाई करता, तो मैं सिलेक्ट हो गया बाद च। अच्छा, भी बंदा बड़ा मौजी सी, मेन स्ट्रीम का एडिटर भी रहा अंग्रेजी का। वो मैं फिर एक दिन कितने देर ना घर पहुँचता हूँ, मैं देर ना घर पहुँचा तो मेरी डाक वो कमरे चुनती, मेरी डाक में चिट्ठी पई, चिट्ठी आई हुई इंडियन काउंसिल ऑफ एग्रीकल्चर रिसर्च तो मैं देखा उन्हें खोल के पढ़ी हुई, मैं वो पढ़ के देखा भी मेरी अपॉइंटमेंट आ गई। मैं कहा तू मैंने दसिया ही नहीं, कहें दसन वाली कही गल सी, तो हो ही जाना सी। तो उत्थे फिर मैं जी गल दसनी चाहना वो है कि भी क्योंकि एम एस रंधावा बहुत लोगों साहित्यकारा का कलाकारा का बहुत पैटर्न सी, तो इस करके हर एक बंदा एम एस रंधावा मिलना चाहता सी। वो सीधे जानते नहीं सी होंगे, उन्होंने वो मैनू जानते सीगे, वो मेरे थ्रू फिर एम एस रंधावा मिलते रहते सीगे। हर एक ने कोशिश करनी ज होर गल होनी तो भी रंधावा साहब ना मिला दें, मैं क्या मैं ला दिना। इस करके मेरे मतलब जवानी में ही बहुत सारे, मैं अजे राइटर भी नहीं सी जदों बनया ना, उदों ही अजे मैं लिखण भी नहीं सी लग्या बहुत कहानियां कहूणियां, उदों तो ही बहुते लोग मेरे इदा वाकफ हो गए क्योंकि मैं एम एस रंधावा जानता सी, तो वह एम एस रंधावा मिलना चाहते होंगे सके। हाँ, उन्हां दी फोटो भी लगी हुई है इत्थे। तो ये उन्हां दे कॉलेज ने, वो गढ़दी वाला दे सी, उत्थे खालसा कॉलेज गढ़दी वालिया ने मैनू एक बारी ऑनर करना सी, तो उस वेले दी दित्ती हुई है उन्होंने। एम एस रंधावा दा पिंड गढ़दी वाला दे नेड़े सी। तो फिर राइटर तो फिर मेरे सारे ही वाकफ हो गए, अमृता प्रीतम, करतार सिंह, कुलवंत सिंह, फिर प्रोफेसर मोहन सिंह, सारे बहुतिया का यह हों, बहुते दिल्लीओ रेंदे सी, जेडे दिल्ली नहीं सी रेंदे उन्हां विच दिल्ली दा किसे दा टिकाणा नहीं सी हुंदी, उन्होंने पंजाब तो जाना तो जाके जा बलवंत गार्गी दे घर ठहरना जा मेरे घर ठहरना, इदा भी मेरे बहुत वाकफ बहुते वाकफ इस तरह भी बन गए थे। मैं छड़ा हुंदा सी ते मैं आ जाओ रह जाओ को, उत्थे मेरे कमरे तीन कमरे का मकान सी मेरे को। इस तरह ही मेरे राइटर वाकफ होए, इस तरह करके मैं उन्होंने जानना।
ਤੇ ਨਰੰਗ ਸਿੰਘ ਉਹਨਾਂ ਦੀ ਪੋਸਟ ਦਾ ਕੀ ਬਣਿਆ ਫਿਰ? ਨਰੰਗ ਸਿੰਘ ਵਾਲੀ ਪੋਸਟ ਤਾਂ ਫਿਰ ਮੈਨੂੰ ਮਿਲ ਗਈ। ਹਾਂਜੀ, ਉਹ ਫਿਰ ਨਹੀਂ ਉਹਨਾਂ ਨੂੰ ਮਿਲੀ, ਬਲਕਿ ਮਹੀਨੇ ਕੁ ਬਾਅਦ ਮੈਨੂੰ ਕਿਸੇ 20 ਦਿਨ ਬਾਅਦ ਜਦ ਮੈਂ ਜੁਆਇਨ ਕਰ ਲਿਆ ਤਾਂ ਇੱਕ ਚਿੱਠੀ ਆਈ, ਉਹਦੇ 'ਤੇ ਲਿਖਿਆ, ਪਿਆਰੇ ਸਰਦਾਰ ਨਰੰਗ ਸਿੰਘ ਜੀ, ਤੁਸੀਂ ਬਹੁਤ ਅੱਛੀ ਜਗ੍ਹਾ ਪਹੁੰਚ ਗਏ ਹੋ। ਅਤੇ ਉਹ ਕਿਸੇ ਨਰੰਗ ਸਿੰਘ ਦੇ ਵਾਕਫ ਦੀ ਸੀ, ਉਹਨੇ ਸੋਚਿਆ ਵੀ ਨਰੰਗ ਸਿੰਘ ਉੱਥੇ ਰੰਧਾਵੇ ਨੇ ਰੱਖਣਾ ਤਾਂ ਉਹ ਜ਼ਰੂਰੀ ਹੋਇਆ ਹੋਣਾ। ਅਤੇ ਮੈਂ ਉਹ ਚਿੱਠੀ ਲੈ ਕੇ ਆਪਣੇ ਸੁਪਰਡੈਂਟ ਬਦਰੀ ਨਾਥ ਹੁੰਦਾ ਸੀ, ਮੈਂ ਕਿਹਾ ਇਹ ਨਰੰਗ ਸਿੰਘ ਇੱਥੇ ਸਿਲੈਕਟ ਹੋਏ ਸੀ? ਕਹਿੰਦਾ ਨਾ ਜੀ ਮਹਾਰਾਜ, ਤੁਸੀਂ ਹੋਏ ਸੀਗੇ। ਮੈਂ ਕਿਹਾ ਚਿੱਠੀ ਆਈ ਹੈ? ਕਹਿੰਦਾ ਪਤਾ ਨਹੀਂ ਕਿਹਨੇ ਭੇਜ ਦਿੱਤੀ ਇਹ ਚਿੱਠੀ, ਨਰੰਗ ਸਿੰਘ ਤਾਂ ਅਸੀਂ ਦੇਖਿਆ ਹੀ ਨਹੀਂ ਕਦੇ। ਉਹ ਇੰਟਰਵਿਊ ਦੇ ਵਿੱਚ ਵੀ ਮੈਨੂੰ ਪਤਾ ਰੰਧਾਵਾ ਸਾਹਿਬ ਦੇ ਕੰਮ ਇੱਦਾਂ ਹੁੰਦੇ ਸੀ। ਹਾਂ ਸੱਚ, ਰਿਟਨ ਟੈਸਟ ਹੋਇਆ ਸੀ ਇੱਕ, ਉਹ ਸੀਗਾ ਆਲੂ, ਅੰਗਰੇਜ਼ੀ ਦਾ ਕੋਈ ਪੈਂਫਲੇਟ ਸੀ ਆਲੂ ਦੀ ਖੇਤੀ ਬਾਰੇ। ਅੱਛਾ ਜੀ। ਅਤੇ ਉਹਦਾ ਟ੍ਰਾਂਸਲੇਸ਼ਨ ਪੰਜਾਬੀ 'ਚ ਕਰਨਾ ਸੀ, ਉਹ ਮੈਂ ਮੇਰਾ ਟ੍ਰਾਂਸਲੇਸ਼ਨ ਨੈਚੁਰਲੀ ਸਾਰਿਆਂ ਤੋਂ ਅੱਛਾ ਸੀ। ਹਾਂ, ਮੈਂ ਅੰਗਰੇਜ਼ੀ ਪੜ੍ਹੀ ਹੋਈ ਸੀ ਅਤੇ ਮੈਨੂੰ ਪੰਜਾਬੀ ਵੀ ਆਉਂਦੀ ਸੀ, ਮੈਂ ਪ੍ਰੀਤਮ ਅਖਬਾਰ ਦਾ ਐਡੀਟਰ ਵੀ ਰਹਿ ਚੁੱਕਾ ਸੀ। ਉਹ ਫਿਰ ਰੰਧਾਵਾ ਸਾਹਿਬ ਦਾ ਇਹ ਵੀ ਸੀ ਵੀ ਉਹ ਜ਼ਿਆਦਤੀ ਨਹੀਂ ਸੀ ਕਰਦੇ ਕਿਸੇ ਨਾਲ, ਜਾਂ ਤਾਂ ਉਹ ਪਹਿਲਾਂ ਹੀ ਲਾ ਲੈਂਦੇ, ਉਹਨਾਂ ਨੂੰ ਲਾ ਲੈਂਦੇ, ਉਹ ਗੱਲ ਵੱਖਰੀ ਸੀ। ਜਦ ਇੰਟਰਵਿਊ ਹੋ ਗਈ ਅਤੇ ਸਿਲੈਕਸ਼ਨ ਕਮੇਟੀ ਬੈਠੀ ਹੈ, ਫਿਰ ਉਹ ਆਪ ਤਾਂ ਸਿਲੈਕਸ਼ਨ ਕਮੇਟੀ 'ਚ ਬੈਠੇ ਨਹੀਂ ਸੀ, ਪ੍ਰੀਤਮ ਸਿੰਘ ਸਫੀਰ ਨੇ ਚੇਅਰ ਕਰਨੀ ਸੀ ਸਿਲੈਕਸ਼ਨ ਮੀਟਿੰਗ, ਉਹਨੂੰ ਮੈਂ ਉਹ ਕਰੋਲ ਬਾਗ ਦੇ ਨੇੜੇ ਹੀ ਰਹਿੰਦੇ ਸੀ, ਮੈਂ ਵੀ ਕਰੋਲ ਬਾਗ ਹਰਭਜਨ ਸਿੰਘ ਔਰ ਤਾਰਾ ਸਿੰਘ ਕਾਮਲ ਨੂੰ ਮਿਲਣ ਜਾਂਦਾ ਹੁੰਦਾ ਸੀ, ਅਤੇ ਸਫੀਰ ਉਹਨਾਂ ਨੂੰ ਵੀ ਮਿਲਦਾ ਰਹਿੰਦਾ ਸੀ ਕਦੇ ਕਦੇ, ਉਹ ਮੈਨੂੰ ਜਾਣਦੇ ਵੀ ਸੀਗੇ। ਮੇਰੀ ਸਿਲੈਕਸ਼ਨ ਇਸ ਤਰ੍ਹਾਂ ਹੋ ਗਈ ਸੀ। ਅਤੇ ਬਲਵੰਤ ਗਾਰਗੀ ਹੁਣਾਂ ਦਾ ਉੱਦਾਂ ਮਿਜਾਜ ਕਿਵੇਂ ਸੀ? ਜਿਵੇਂ ਉਹਨਾਂ ਨੇ ਇੱਕ ਜਗ੍ਹਾ ਲਿਖਿਆ ਕਿ ਮਤਲਬ ਮੈਂ ਮਰਨ ਤੋਂ ਇੰਨਾ ਡਰਦਾ ਸੀਗਾ ਕਿ ਜੇ ਕਿਸੇ ਨੇ ਕਹਿ ਦੇਣਾ ਮੈਨੂੰ ਕੋਈ ਫੇਫੜਿਆਂ ਦਾ ਰੋਗ ਹੋ ਗਿਆ ਜਾਂ ਮੈਨੂੰ ਆਹ ਰੋਗ ਹੋ ਗਿਆ, ਤਾਂ ਮੈਂ ਉਸੇ ਵੇਲੇ ਮਤਲਬ ਚੈੱਕਅਪ ਕਰਾਉਣ ਲਈ ਚਲਿਆ ਜਾਂਦਾ ਸੀ, ਹੈ ਨਾ? ਅਤੇ ਮੈਨੂੰ ਐਗਜੈਕਟ ਇਹ ਨਹੀਂ ਪਤਾ, ਉਂਝ ਵੈਸੇ ਉਹ ਆਪਣੀ ਸਿਹਤ ਦਾ ਧਿਆਨ ਬਹੁਤ ਰੱਖਦਾ ਸੀ, ਡਰਿੰਕ ਨਹੀਂ ਸੀ ਕਰਦਾ। ਉਹਦੇ ਕੋਲ ਆ ਕੇ ਉਹਦੇ ਦੋਸਤ ਮਿੱਤਰ ਆਪਣੀ ਡਰਿੰਕ ਬੋਤਲ ਲੈ ਕੇ ਜਾ ਕੇ ਉਹਦੇ ਕੋਲ ਬੈਠ ਕੇ ਪੀ ਲੈਂਦੇ ਸੀ, ਖਾਲੀ ਜਿਹੜੀ ਵੱਜ ਜਾਂਦੀ ਸੀ ਉਹ ਛੱਡ ਵੀ ਜਾਂਦੇ ਸੀ, ਉਹ ਕਿਸੇ ਹੋਰ ਆਏ ਨੂੰ ਪਿਲਾ ਦਿੰਦਾ ਸੀ, ਆਪ ਨਹੀਂ ਸੀ ਡਰਿੰਕ ਕਰਦਾ। ਅਤੇ ਉਹ ਇਸੇ ਕਰਕੇ ਨਹੀਂ ਸੀ ਕਰਦਾ ਵੀ ਸਿਹਤ, ਉਹ ਕਹਿੰਦਾ ਸੀ ਵੀ ਜ਼ਿਆਦਾ ਜ਼ਰੂਰੀ ਹੈ। ਉਂਝ ਵਿਚਾਰੇ ਦਾ ਹਾਲ, ਫਿਰ ਬਹੁਤੀ ਚੰਗੀ ਡੈਥ ਉਹਦੀ ਵੀ ਨਹੀਂ ਹੋਈ, ਕਿਉਂਕਿ ਉਹ ਆਪਣੇ ਬੇਟੇ ਕੋਲ ਚਲਾ ਗਿਆ ਸੀ ਮੁੰਬਈ ਆਖਰੀ ਦਿਨਾਂ 'ਚ, ਜਦੋਂ ਉਹਨੂੰ 3-4 ਮਹੀਨੇ ਹੋ ਗਏ ਅਤੇ ਫਿਰ ਉਹ ਆਇਆ ਹੀ ਨਹੀਂ ਦਿੱਲੀ। ਅਤੇ ਮੈਂ ਉਹਨੂੰ ਬੰਬੇ ਮਿਲਣ ਗਿਆ ਕੋਈ ਬਹਾਨਾ ਜਿਹਾ ਬਣਾ ਕੇ, ਕਿਸੇ ਤਰੀਕੇ ਨਾਲ ਸਰਕਾਰੀ ਕੰਮ ਬਣਾ ਲਿਆ, ਸਰਕਾਰੀ ਵਿਜ਼ਿਟ ਟੂਰ ਬਣਾ ਲਿਆ। ਅਤੇ ਮੈਂ ਜਾ ਕੇ ਉਹਦੇ ਕੋਲ ਬੈਠਾ ਰਿਹਾ, ਉਹ ਤਾਂ ਕੋਈ ਗੱਲ ਨਹੀਂ ਹੋਈ ਮੇਰੇ ਨਾਲ, ਮੇਰਾ ਬਸ ਹੱਥ ਹੀ ਕੁੱਟੀ ਗਿਆ ਬੈਠਾ ਆਖਰੀ, ਜਿਹੜੀ ਜਿੰਨਾ ਚਿਰ ਮੈਂ ਮੁਲਾਕਾਤ 'ਤੇ ਬੈਠਾ ਰਿਹਾ, ਜਾਂ ਮੈਂ ਉੱਠਣ ਲੱਗਾ ਤਾਂ ਉੱਠਣ ਨਾ ਦੇਵੇ, ਗੱਲ ਕਰੇ ਨਾ ਕੋਈ ਵੀ। ਅਤੇ ਏਜ ਫੈਕਟਰ ਹੈ, ਏਜ ਫੈਕਟਰ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਪਰੇਸ਼ਾਨ ਕਰਦਾ, ਕਈ ਬਿਨਾਂ ਪਰੇਸ਼ਾਨੀ 'ਤੇ ਵੀ ਚਲੇ ਜਾਂਦੇ ਆ। ਜਿੱਦਾਂ ਆਪਾਂ ਜਦੋਂ ਸ਼ਿਵ ਕੁਮਾਰ ਹੁਣਾਂ ਬਾਰੇ ਗੱਲ ਕਰਦੇ ਹਾਂ, ਹੈ ਨਾ, ਤਾਂ ਮਤਲਬ ਤਕਰੀਬਨ ਉਹਨਾਂ ਬਾਰੇ ਜਿੱਥੇ ਵੀ ਤੁਸੀਂ ਲਿਖਿਆ ਪੜ੍ਹਦੇ ਹੋਈ ਹੋ ਕਿ ਜਦੋਂ ਕਿਸੇ ਮੁਸ਼ਾਇਰੇ 'ਚ ਕਵਿਤਾ ਪੜ੍ਹਦੇ ਹੁੰਦੇ ਸੀ ਤਾਂ ਉੱਥੇ ਜਿੰਨੇ ਲੋਕ ਸੁਣਨ ਵਾਲੇ ਹੁੰਦੇ ਸੀ ਤਾਂ ਉਹਨਾਂ ਤੋਂ ਬਾਅਦ ਕਿਸੇ ਨੂੰ ਨਹੀਂ ਸੀ ਸੁਣਿਆ ਜਾਂਦਾ, ਹੈ ਨਾ? ਅਤੇ ਲੋਕ ਨੇ ਜਿਹੜੇ ਬਾਹਾਂ 'ਤੇ ਹੱਥਾਂ 'ਤੇ ਕੁੜੀਆਂ ਜਾਂ ਮੁੰਡੇ ਉਹਨਾਂ ਤੋਂ ਆਟੋਗ੍ਰਾਫ ਲੈਂਦੇ ਹੁੰਦੇ ਸੀ, ਪਰ ਆਖਰੀ ਵਕਤ ਉਹਨਾਂ ਦਾ ਵੀ ਬਹੁਤ ਬੁਰਾ ਰਿਹਾ। ਜਿਵੇਂ ਡਰਿੰਕ ਉਹਨਾਂ ਨੂੰ ਤਾਂ ਲੋਕਾਂ ਨੇ ਮਾਰਤਾ, ਉਹਨੂੰ ਤਾਂ ਸ਼ਿਵ ਨੂੰ ਤਾਂ ਲੋਕਾਂ ਨੇ ਮਾਰਤਾ। ਹਾਂਜੀ, ਉਹ ਇੱਦੀ ਛੇਤੀ ਮਰਨ ਵਾਲਾ ਸੀ, ਇਹ ਗੱਲ ਵੱਖਰੀ ਹੈ ਕਿ ਵੀ ਕਵਿਤਾਵਾਂ ਵਿੱਚ ਉਹ ਲਿਖਦਾ ਰਹਿੰਦਾ, ਉਹ ਕਵਿਤਾਵਾਂ ਵਿੱਚ ਇੱਦਾਂ ਹੀ ਸਿੱਧੂ ਮੂਸੇਵਾਲਾ ਜਿੱਦਾਂ ਹੈਗਾ ਨਾ, ਵੀ ਸਿੱਧੂ ਮੂਸੇਵਾਲੇ ਦਾ ਵੀ ਇੱਕ ਲਾਈਨ ਹੈ ਨਾ, ਹੋ ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ, ਤੇਰਾ ਉੱਠੂਗਾ ਜਨਾਜ਼ਾ, ਤੇਰਾ ਜਵਾਨੀ 'ਚ ਉੱਠੂਗਾ ਜਵਾਨੀ 'ਚ ਜਨਾਜ਼ਾ ਮਿੱਠੀਏ,
इस तरह शिव कुमार भी असा तो जोबन रुते मरना मरने की रुत सोई जोबन रुते जो भी मरदा फुल बने जा तारा वो लिखता तो इदा का रहा वो इस करके कि कोई ड्रिंक ज़्यादा करता सूँ इदा लगता सी कि भी मैं शायद जोबन उत्ते मर जावा जा इस करके उन्हें फिर उन्होंने ग्लोरीफाई करना शुरू करता जोबन रुत की डैथ न बहुत वधिया पोएट सी मिलती रहती है वो मिसिज अरुण जो कभी भी इतने हो गए अजकल तो गई हुई है अपनी बेटी को बेटी वो पूजा अमरीका च होंगी है तो बेटा वह मेहरबान कैनेडा होंगे कैलगरी वो फिर कद अपनी धी को चली जाती कद बेटी को पंजाबी यूनिवर्सिटी ने उन्होंने एक किस्म की जॉब भी देती थी लाइब्रेरी च लेकिन वो हूँ नहीं मिली छे एक महीने हो गए मेरा ख्याल आई नहीं होनी कद इतने हो जरूर मैं मिलती है वो नहीं मिलन आँगी मैं दस दें भी मैं आई हुई हाँ भाजी आके मिल जाओ कदे तो मैं पटियाले जाके मिला पटियाले होंगी वो तुसी कितना समा बिताया शिव कुमार होना नाल पता नहीं वो भी शिव कुमार भी बस इस तरह ही मेरे बहुत सारे दोस्तों का बड़े दोस्तों का दोस्त ही मिलता रहता सी लेकिन मेरी कोई वो इदा नहीं कि भी मैं थोड़ा जहा सीनियर सी दोस्तों ना गल कोई नहीं सी उंज मेरे को बहन उठन लई हमेशा ही आ जाता सी जद भी वह जी करे बहुत टैलेंट बहुत सी देर इज नो डाउट टैलेंटेड तो कोई अंत ही नहीं थी एक बार इतने चंडीगढ़ च ठेके बंद थे उधर शराब नहीं सी मिलती मेरे को कहता कहता तेरी गड्डी चाहिए कड मैं कितने जाना मैं कही होया कहता ड्रिंक है नहीं मेरे को भी है नहीं सी घर च असी फिर इतों एक सोलन दे पंचकूले तो अगे 15-20 किलोमीटर जाके टली ना दा जगह उत्थे शराब दा ठेका बॉर्डर ते पैंदा सी उत्थों शराब लैके आए वो शराब लैके आए तो उत्थे भी उन्हें एक पहाड़न थले नूं उतर रही सी चढ़ रही सी शायद चाड़ा 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 पत्थर ते पत्थर तारा कुछ इस तरह रख रख के कविता लिख दी थी जिहड़ी बाद च उन्हें लिख भी ली छाप भी ली इस तरह एक बारी जद उन्हें साहित्य अकैडमी का अवार्ड मिलया तो करतार सिंह दुग्गल ने अपने घर वो पार्टी रखी तो पार्टी रखी तो वह टाइम से 8 बजे का 8 बजे तक तो असं उन्होंने उड़ीकते रहे पे ज 8 बजे तक नहीं आए तो उस वेले टैलीफोन नहीं सी होंदे पता भी नहीं सी भी आना है कित्थे है कित्थे नहीं पहुँचे पहुँचा तो कोई 9 बजे 9:30 बजे पहुँचा तो उस वेले खाना असं खत्म कर चुके थे दुग्गल भी अपनी तरह का बंदा सी ते दुग्गल बाहर गया कहिंदा कहिंदा नालायक इन्ना लेट आया हुण मेरे घर तेरे लिए कोई खाना नहीं है ते ओ फिर बाहरों कि ढाबे टूबे तो रोटी खा के वो दो तीन बंदे जिन्ने भी थे मेरे घर आके सुते उस दिन फिर उन्हें रात को सारी रात जागता रहा उस सिचुएशन बारे भी कविता लिखी मैनू हुण दे लाइना याद नहीं जिवें बहुत सारे लोग उन्होंने जान तो बाद गल्लां करते हैं कि उस वक्त के भी जिहड़े प्रगतिशाली कवि सीगे जिहड़े उस वक्त नवे दौर दीयां कवितावां लिखते सी वो बहुत भंडदे सी शिव कुमार नूं हाँ, कि उन्होंने कहिंदे सीगे कि समाजिक चेतना वाली कविता नहीं लिखता उदासी है बहुत कविता परवाह नहीं सी करदा इस गल दी परवाह करन दी लोड़ ही नहीं सी उहदी अपनी पॉपुलैरिटी इन्नी सी वो तो भंडण वाले भी इस करके करते सी कि भी ये पॉपुलर एवें ज़्यादा हो गया तो भंडण वाली गल कोई नहीं सी उहदे विच बहुत टैलेंट सी कविता जिवें बहुत उदासी वाली असल च उहनां दा सुभाअ किवें दा सीगा शिव दा उदासी वाला कोई सुभाअ नहीं सी एडा हाँ जी ओहो उदासी दा माहौल उन्हां नूं चंगा लगदा सी शायद
वो बहुते खड़के दड़के वाली थान के उत्ते जाते जाना नहीं पाता। जिदा बलवंत गार्गी कॉफी हाउस बैठना पसंद करता सी, शेव नहीं सी कॉफी हाउस जाता। तो हर एक बंदे का अपना अपना सुभाव होंदा। उंज सोगमई माहौल नू पसंद बहुत करता सी, सोगमई सिचुएशन नू लूणा उन्हें सोगमई संसार ही क्रिएट किया लूणा विच भी, जिहड़ी अपनी किताब है लूणा उहदी उन्हें बहुता ब्याह शादियां च जाना ब्याह शादियां से जाना भी बहुत पसंद नहीं। वो मेरी मैरिज ते क्योंकि मैनू पसंद बहुत करता सी, आ जरूर गया मोहन कालों लै आया धक्के धुके दे के, ते रात नू तां उहने शराब पीती सुता रहा, दूजे ने सवेरे आनंद कारज दे उत्ते उहनू कहा भी कोई कविता पढ़ो, ते उहने तियां दे दुख टांडे वे लोकां इहनां जमदियां नू मार दिओ वगैरह वगैरह, नाले जनानियां रोई जाण नाले उहदी कविता सुनी जाण। फिर संत सिंह सेख होरां ने सिचुएशन सांभी के धियां दा मैं तां बहुत धियां वाला है, मेरिया तो पांच धियां ने एक पोता, तो धियां दा सुख फर्क वर्गी तो कोई सुख किसे मिलता ही नहीं है, मुंडे अजे नहीं देंदे तुहानू सुख कहिंदे धियां तां देंदियां। उन्होंने फिर सिचुएशन सांभी, ये कवि दे बोल ने ता फिर लोगों ने थोड़ा जा। अखीरी समय मिले हो तुसी उन्होंने मिले सी उन्होंने अखीरले समय च अपने शिव नू? मैं हुंदा सी ना दिल्ली हुंदा सी, मैं एक बार आया सी ते पी जी आई एडमिटेड सीगा, मैं गया ते वो बहुता वाज नॉट इन गुड शेप, ते उंज ही किसी ने पूछा भी पछाणिया कौन आया, ते उन्होंने मेरा नाम भी नहीं सी याद आया। तो कहते गुरवेल पन्नू आया है, गुरदार संधु की थान गुरवेल पन्नू। ये किसी नाल भी सिचुएशन हो जाती है जदों तो तुहाडे फैकल्टीज पूरियां काम करनो दिमाग दियां फैकल्टीज काम करनो हट जाण ना। फिर मैं तुहानूं शायद दसी है गल, सेखो साहब भी आखिरी दिनों च दयानंद मैडिकल कॉलेज में एडमिटेड सीगे, मैं एंटर किया तो वो नाल बैठे बंदे ने पूछा सेखो साहब पछाणिया कौन, कहते गुलजार है। फिर कोई मुंडा आया तो पछाणिया कौन है, वो कहते मेरा पुत है। उन्हें जरा कोल बैठे बंदे ने पूछा मेरे हुंदिया ही उहदा पुत इहदा नाँ की है, कहिंदा नाँ नहीं भी मैनूं हुण इहदा चेते आ रिहा, अपने पुत का नाँ ना याद आना। तो ये भी सिचुएशन हो जाती है, पुत तो उन्हें कह लिया। यह एज फैक्टर है, कई बड़े सोने चंगे भले तुर जाते हैं। अपने अमृता प्रीतम भी बहुत ही चंगे नहीं सके आखिरी दिनों च, देखभाल तो अमरोध करता रही सी, तो होर भी वो जो हेल्पर से करते रहते, बच्चे भी उन्होंने कोल नहीं सी रहिंदे। नॉट गुड डेथ। उन्होंने कितनी बार मिलने का मौका मिला तो अमृता प्रीतम? अमृता प्रीतम तो एक तरह ना मेरी बचोली सी। हाँ जी, तुसी पिछली मुलाकात दस्या थी ना, ते वो उस वेले एक्चुअली अमृता प्रीतम सारे ही नागमणी अखबार जी कढ़दे सी ना, नागमणी विच छपना भी पसंद करते सी नवें राइटर, ते वो नागमणी मुलाकातां भी छापदी हुंदी सी, ते लिखना भी पसंद करते सी। वो नागमणी शाम एक मनाउंदी हुंदी सी, हुण मैनू नहीं पता वीकली मनाउंदी सी जां मंथली मीटिंग हुंदी सी, मैनू ये चेता भुल गया। उन्हूं नागमणी शाम कहिंदे सीगे, ते वो फिर हर महीने तो मुलाकात तकरीबन हो ही जाती सी। मैं जे ना भी जाना चाहवां तो कोई ना कोई पंजाब तो आया हुंदा सी, कहिंदा सी भी चलो अमृता जी जाना मैनू लै चल, वो मेरे मोटरसाइकिल ते बैठ के चले जांदे सी। उदों मेरे को मोटरसाइकिल हुंदा सी, अमृता प्रीतम नूं काफ़ी मिलदा रहा मैं।
ਵੈਸੇ ਵੀ ਮੈਨੂੰ ਲੱਗਦਾ ਉਹਨਾਂ ਨੂੰ ਤਾਂ ਲੇਖਕ ਬਹੁਤ ਜ਼ਿਆਦਾ ਮਿਲਣਾ ਪਸੰਦ ਕਰਦੇ ਸੀ ਨਾ, ਜਿਵੇਂ ਤੁਸੀਂ ਕਿਹਾ ਵੀ ਨਾਗਮਣੀ ਕਰਕੇ ਵੀ ਨਹੀਂ ਨਹੀਂ ਉਹ ਉਂਝ ਵੀ ਵੈਸੇ ਬਹੁਤ ਅੱਛਾ ਸੀ, ਉਹਦਾ ਮਿਲਾਪੜੀ ਬਹੁਤ ਸੀ। ਇਹ ਜ਼ਰੂਰ ਸੀ ਵੀ ਜੇ ਉਹ ਲਿਖ ਰਹੀ ਹੋਵੇ ਤਾਂ ਤੁਹਾਨੂੰ ਵੇਟ ਕਰਨਾ ਪੈਂਦਾ ਸੀ ਕਿਸੇ ਹੋਰ ਕਮਰੇ 'ਚ ਬਹਿ ਕੇ, ਉਹ ਆਪਣਾ ਫਿਰ ਲਿਖਣ ਵਾਲਾ ਕੰਮ ਛੱਡ ਕੇ ਵਿੱਚੋਂ ਨਹੀਂ ਸੀ ਮਿਲਦੀ। ਜਦੋਂ ਆਪਣਾ ਖਤਮ ਕਰ ਲੈਂਦੀ ਸੀ ਜਾਂ ਪੈਰਾਗ੍ਰਾਫ ਜਾਂ ਕੋਈ ਪੋਇਮ ਜਾਂ ਕਹਾਣੀ ਤਾਂ ਤਾਂ ਮਿਲਦੀ ਸੀ ਉਹ। ਜਿਵੇਂ ਜਦੋਂ ਉਹ ਉਜਾੜੇ ਤੋਂ ਬਾਅਦ ਇੱਧਰ ਆਏ ਸੀ ਨਾ, ਅਤੇ ਥੋੜ੍ਹਾ ਅਰਸਾ ਬਾਅਦ ਉਹਨਾਂ ਨੇ 47 ਅਤੇ ਜਿਹੜੀ ਕਵਿਤਾ ਲਿਖੀ ਸੀਗੀ ਅੱਖਾਂ ਵਾਲੇ ਸ਼ਾਹ ਨੂੰ, ਫਿਰ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਸ਼ਿਵ ਨਾਲ ਇਹ ਨਾਰਾਜ਼ਗੀ ਸਮਕਾਲੀ ਕਵੀਆਂ ਨੂੰ ਸੀਗੀ, ਤਾਂ ਅੰਮ੍ਰਿਤਾ ਨਾਲ ਪਾਠਕਾਂ ਨੂੰ ਬਹੁਤ ਨਾਰਾਜ਼ਗੀ ਸੀਗੀ ਕਿ 84 ਵੇਲੇ ਨਹੀਂ ਲਿਖਿਆ, ਤਾਂ ਉਸ ਚੀਜ਼ ਨੂੰ ਜਿਹੜੇ ਲੇਖਕ ਸੀ ਉਸ ਵੇਲੇ ਜਿਵੇਂ ਖਾਸ ਤੌਰ 'ਤੇ ਉਹ ਖੁਦ ਆਪ ਕਿਵੇਂ ਮਹਿਸੂਸ ਕਰਦੇ ਸੀਗੇ ਕਿ ਲੋਕੀ ਕਹਿੰਦੇ ਸੀ ਪੰਜਾਬੀ ਰਹਿਣੀ ਬਣੀ ਤੋਂ ਵੀ ਮੁਨਕਰ ਹੈ। ਕਦੀ ਗੱਲ ਨਹੀਂ ਹੋਈ, ਪਰ ਮੇਰਾ ਖਿਆਲ ਹੈ ਉਹਨੂੰ ਕੋਈ ਸਿੰਪਥੀ ਨਹੀਂ ਸੀ ਸਿੱਖਾਂ ਨਾਲ, ਜਿਨ੍ਹਾਂ ਨੇ ਉਹਨੂੰ ਇੰਦਰਾ ਗਾਂਧੀ ਨਾਲ ਕਤਲ ਕੀਤਾ ਸੀ ਨਾ, ਇਸ ਕਰਕੇ ਉਹਦੀ ਬਹੁਤੀ ਉਸ ਸਿਚੁਏਸ਼ਨ ਕਰਕੇ ਸੀਗਾ ਸ਼ਾਇਦ, ਮੈਨੂੰ ਬਹੁਤ ਨਹੀਂ ਪਤਾ। ਮੇਰਾ ਖਿਆਲ ਉਹ ਕੋਈ ਬਹੁਤੀ ਪਸੰਦ ਨਹੀਂ ਕੀਤੀ ਉਹਨਾਂ ਨੇ ਗੱਲ, ਉਹਨੇ ਸ਼ੀ ਡਿਡਨਟ ਐਕਸੈਪਟ ਇਟ, ਅਤੇ ਇਸ ਕਰਕੇ ਵੀ ਫਿਰ ਉਹਦੇ ਬਾਰੇ ਲਿਖਣ ਦਾ ਸਵਾਲ ਨਹੀਂ ਸੀ ਪੈਦਾ। ਉਂਝ ਵੈਸੇ ਜਿਹੜੀ ਅੱਖਾਂ ਵਾਲੇ ਸ਼ਾਹ ਨੂੰ ਵੀ ਹੈ ਨਾ, ਇਹਨੂੰ ਵੀ ਅਸੀਂ ਬਹੁਤ ਅੱਛੀ ਪੋਇਟਰੀ ਉੱਤਮ ਕਵਿਤਾ ਨਹੀਂ ਮੰਨਦੇ, ਸਧਾਰਨ ਜੀਆਂ ਗੱਲਾਂ ਨੇ ਕਬਰਾਂ ਵਿੱਚੋਂ ਬੋਲ ਇਹ ਕਰ ਰਿਹਾ ਕਰ ਰਿਹਾ ਕਰ, ਉਂਝ ਕਿਉਂਕਿ ਉਹ ਉਸ ਸਿਚੁਏਸ਼ਨ ਦੇ ਨਾਲ ਸੰਬੰਧ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਪੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉਹ ਸਿਚੁਏਸ਼ਨ ਕਿਉਂਕਿ ਨਾਜ਼ੁਕ ਸੀ ਲੋਕਾਂ ਨੇ ਉਹ ਕਵਿਤਾ ਬਹੁਤ ਪਸੰਦ ਕੀਤੀ। ਪੋਇਟਰੀ ਉਹਦੀ ਪੋਇਮਸ ਜਿਹੜੀਆਂ ਦੂਜੀਆਂ ਨੇ ਉਹ ਪੋਇਟਰੀ ਪੋਇਟਿਕ ਲੈਵਲ ਤੋਂ ਉਹ ਬਹੁਤ ਅੱਛੀਆਂ ਨੇ। ਮੈਨੂੰ ਭੁੱਲ ਗਈ ਹੁਣੇ ਯਾਦ ਸੀਗੀ ਇੱਕ ਦੋ ਚਾਰ ਲਾਈਨਾਂ। ਜਿਵੇਂ ਉਸ ਵਕਤ ਤੁਸੀਂ ਸਾਰੇ ਹੈ ਨਾ ਕੌਫੀ ਹਾਊਸ 'ਤੇ ਜਾਂ ਇੱਦਾਂ ਜਿਹੜਾ ਸਮਾਂ ਬਿਤਾਉਂਦੇ ਸੀਗੇ ਆਪਸ ਵਿੱਚ, ਤਾਂ ਦੋ ਔਰਤਾਂ ਖਾਸ ਕਰਕੇ ਜਿਵੇਂ ਅਜੀਤ ਕੌਰ ਅਤੇ ਅੰਮ੍ਰਿਤਾ ਪ੍ਰੀਤਮ, ਮੈਨੂੰ ਲੱਗਦਾ ਕਿ ਬਹੁਤ ਬੋਲਡ ਲਿਖਣ ਵਾਲੀਆਂ ਮੰਨੀਆਂ ਜਾਂਦੀਆਂ ਸੀ ਹੈ ਨਾ। ਅੰਮ੍ਰਿਤਾ ਪ੍ਰੀਤਮ ਨੂੰ ਸ਼ਾਇਦ ਉਹਨਾਂ ਦੀ ਜ਼ਿੰਦਗੀ ਦੇ ਹਿਸਾਬ ਨਾਲ ਲੋਕ ਬੋਲਡ ਮੰਨਦੇ ਸੀ, ਅਤੇ ਜਿਹਦਾ ਥੋੜ੍ਹਾ ਬਹੁਤਾ ਜ਼ਿਕਰ ਉਹ ਆਪਣੀ ਕਿਤਾਬ ਰਸੀਦੀ ਟਿਕਟ 'ਚ ਕਰਦੇ ਨੇ, ਪਰ ਅਜੀਤ ਕੌਰ ਵਾਕਈ ਬਹੁਤ ਨਿਸੰਗ ਕਹਾਣੀਆਂ ਲਿਖਦੇ ਸੀਗੇ, ਤਾਂ ਇਹ ਜਿਹੜੀਆਂ ਚਰਚਾਵਾਂ ਸੀਗੀਆਂ ਉਸ ਵਕਤ ਦੋ ਔਰਤਾਂ ਬਾਰੇ ਕਿਵੇਂ ਦੀਆਂ ਹੁੰਦੀਆਂ ਸੀਗੀਆਂ, ਕਿਉਂਕਿ ਬਹੁਤ ਘੱਟ ਔਰਤਾਂ ਲਿਖ ਰਹੀਆਂ ਸੀ ਉਸ ਵਕਤ 'ਚ। ਅਜੀਤ ਕੌਰ ਦਾ ਬੋਲਡ ਲਿਖਣਾ ਤਾਂ ਬਹੁਤ ਮਸ਼ਹੂਰ ਸੀ, ਅੰਮ੍ਰਿਤਾ ਪ੍ਰੀਤਮ ਇੰਨਾ ਬੋਲਡ ਨਹੀਂ ਸੀ ਲਿਖਦੀ, ਉਹ ਪੋਇਟਿਕ ਸੀ। ਅਜੀਤ ਕੌਰ ਤਾਂ ਫਿਕਸ਼ਨ ਲਿਖਦੀ ਸੀ ਨਾ, ਅਤੇ ਫਿਕਸ਼ਨ ਵਿੱਚ ਬਣਾ ਵੀ ਲੈਂਦੀ ਸੀ ਕਹਾਣੀ ਆਪਣੀ, ਫਿਕਸ਼ਨਲਾਈਜ਼ ਕਰ ਲੈਂਦੀ ਸੀ ਉਸਨੂੰ। ਅਤੇ ਅਜੀਤ ਜ਼ਿਆਦਾ ਰਹੀ ਹੈ, ਜ਼ਿਆਦਾ ਬੋਲਡ ਲਿਖਦੀ ਰਹੀ ਹੈ, ਜ਼ਿਆਦਾ ਕਈ ਲੋਕ ਪਸੰਦ ਵੀ ਕਰਦੇ ਸੀ, ਕਈ ਲੋਕ ਨਾਪਸੰਦ ਵੀ ਕਰਦੇ ਸੀ। ਹਾਂਜੀ, ਜਿਹੜੇ ਟ੍ਰੈਡੀਸ਼ਨਲ ਬੰਦੇ ਆ ਉਹ ਨਹੀਂ ਸੀ ਪਸੰਦ ਕਰਦੇ ਅਜੀਤ ਦਾ ਲਿਖਣਾ, ਲੇਕਿਨ ਜਿਹੜੇ ਪ੍ਰੋਗਰੈਸਿਵ ਬੰਦੇ ਸੀ ਜਾਂ ਜ਼ਿੰਦਗੀ ਨੂੰ ਜਿਉਣਾ ਮਾਨਣਾ ਪਸੰਦ ਕਰਦੇ ਸੀ ਉਹ ਪਸੰਦ ਵੀ ਕਰਦੇ ਸੀ। ਅਜੀਤ ਉਂਝ ਵੀ ਬੜੀ ਅੰਮ੍ਰਿਤਾ ਪ੍ਰੀਤਮ ਇੰਨੀ ਪਲੈਨਿੰਗ ਨਹੀਂ ਸੀ ਕਰਦੀ, ਅਜੀਤ ਕੌਰ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹਨੇ ਆਪਣੀ ਇੱਕ ਸੰਸਥਾ ਵੀ ਬਣਾ ਲਈ ਸੀ ਅਤੇ ਹੋਰ ਵੀ, ਅਤੇ ਮੈਗਜ਼ੀਨ ਤਾਂ ਅੰਮ੍ਰਿਤਾ ਨੇ ਵੀ ਕੱਢਿਆ ਸੀ, ਪਰ ਉਹ ਸੰਸਥਾ ਬਣਾ ਕੇ ਫਿਰ ਉਹਨੇ ਇੱਕ ਉਹ ਸੰਸਥਾ ਦੇ ਨਾਂ ਦੇ ਉੱਤੇ ਪਲੋਟ ਲੈ ਲਿਆ, ਪਲੋਟ ਲੈ ਕੇ ਉੱਥੇ ਬਿਲਡਿੰਗ ਵੀ ਬਣਾ ਲਈ, ਬਿਲਡਿੰਗ ਕਿਰਾਏ 'ਤੇ ਵੀ ਦਿੱਤੀ, ਅਤੇ ਮੈਨੂੰ ਹੁਣ ਬਿਲਡਿੰਗ ਦਾ ਨਾਂ ਵੀ ਯਾਦ ਨਹੀਂ, ਐਨੀਵੇ ਉਹ ਸੋਸਾਇਟੀ ਦਾ ਨਾਂ ਵੀ ਯਾਦ ਨਹੀਂ। ਅਤੇ ਉਹ ਅਜੀਤ
हाली भी उस तरह की है, लेकिन हुण वो भी बहुत ही ठीक नहीं बेचारी रहिंदी। उहदे अखां दी आईसाइट उहदी काफ़ी चली गई है, एक किस्म की टीका लगता है 40-50 हज़ार रुपए का हर महीने अखां च। मेरी मिसेज दे भी लगता, इन्हां दी भी आईसाइट है नहीं, एक अख च लगता टीका, इत्थे 35 हज़ार का लग जाता। उस वेले शायद महंगे सीगे, पुरानी गल है थोड़ी, उन 5-6 साल तो है। उंज आवाज़ उस तरह ही है। आ पिछले दिनों इत्थे एक मैगजीन आउंदा जिहड़ी साडी दिल्ली दी पंजाबी साहित सभा है, उस समकाली साहित नाम का मैगजीन कढ़दे है। ऐतकी दे समकाली साहित विच उन्हें रजिंदर सिंह बेदी बारे कोई लेख लिखा, तो मैं उन्हूं टेलीफोन किया, मैं क्या बड़ी देर बाद तेरा कुछ लिखा हुआ पढ़न मिलया, तो उन्हूं बहुती गल समझ नहीं सी पै रही मेरी, तो पछाण मैनू लिया सी गुलजार बोल रहा ना, मैं क्या हाँ, तो मैं उन्हूं कहा, मैं क्या मैं भी रजिंदर सिंह बेदी दी एक चिट्ठी हाले तक सामभ के रखी हुई है, 50 साल पुरानी लिखी हुई है, मेरे को है भी इतने घर ही, तो मेरी डायरी च है, तो उन्हों मेरी गल कोई समझ नहीं सी पै रही, उंज आवाज़ ठीक सी, तो टेलीफोन आप ही चुकया सी उन्हें टेलीफोन। जदों एक किताब छपी सी बलवंत गार्गी होना दी सुरमे वाली अख, ता तुहानू याद है वो समा? तकरीबन ते जिवें उन्होंने एक जगह ते लिखा कि इस किताब च, मतलब किताब तो पहले ही है ना, अपने बारे लिखा हुआ सरलेख पढ़ के संत सिंह सिख होना ने उन्होंने माण हानि का केस करता सी पब्लीकेशन ते, जिवें कीता नहीं सी मेरा ख्याल करनो फिरदे सीगे। अच्छा जी, फिर दोस्तों मित्रों ने कहा भी की है भी उन्हें मजाक में लिखा हुआ छड़ो परे, तो फिर सेखो साहब ने कहा भी चलो कोई नहीं, सेखो साहब वो घर जाके भी ठहरते रहे यार, हाँ जी, जो ठहरते मेरे को ठहरते जाते थे उत्थे। मेरा तो बहुता कॉन्टैक्ट लोगों का इसे करके हो कि मैं छड़ा सीगा, तो मेरे को परिवार कोई नहीं सी, कमरा मेरे को 3 कमरे का सगा फ्लैट जहाँ मैं लिया हुआ किराए ते, वो फिर बहुते लोग मेरे को रेंदे सीगे, जां बहुते लोग मैं जिवें दस्या रंधावा करके मेरा राइटर नाल पहला वाह इसे करके पिया, फिर बाद भी तो मेरे राइटर होण करके भी हो गया। चलो जिवें उस वक्त बचिंत कौर, दलीप कौर टिवाणा, मनजीत टिवाणा भी लिख रहे सी, इन्हां नूं मिलन दा मौका मिलिया तुहानूं कदी? बचिंत कौर तां क्योंकि उत्थे दिल्ली हुंदी सी इस करके मिलदी रही है, कल भी उहदे नाल गल होई सी ਕਿੱਥੇ ਉਹ ਅੱਜ ਕੱਲ੍ਹ, ਹਾਂ ਅੱਜ ਕੱਲ੍ਹ ਬਿਆਸ, ਹਾਂਜੀ ਡੇਰੇ 'ਚ ਡੇਰੇ ਆ, ਅਤੇ ਉਹਨੇ ਕੋਈ ਜਿਹੜੀ ਸਾਡੀ ਪੰਜਾਬੀ ਸਾਹਿਤ ਸਭਾ ਦੀ ਇਸ ਵੇਲੇ ਚੇਅਰਪਰਸਨ ਹੈ, ਮੈਂ ਪ੍ਰੈਜੀਡੈਂਟ ਹਾਂ, ਚੇਅਰਪਰਸਨ ਪਾਪਾ ਪ੍ਰੀਤਮ ਸਿੰਘ ਦੀ ਬੇਟੀ ਹੈ ਡਾਕਟਰ ਰੇਣੂਕਾ ਸਿੰਘ, ਉਹਨੇ ਰੇਣੂਕਾ ਨਾਲ ਕੋਈ ਇੰਟਰਵਿਊ ਕੀਤੀ ਸੀ, ਮੁਲਾਕਾਤ ਕੀਤੀ ਸੀ ਕੋਈ 1-2 ਮਹੀਨਾ ਪਹਿਲਾਂ ਜਾਂ ਪਤਾ ਨਹੀਂ ਕਦੋਂ, ਉਹ ਛਪੀ ਸੀ ਕੱਲ੍ਹ ਇਸ ਹਫ਼ਤੇ ਦੇ ਸੰਡੇ ਐਡੀਸ਼ਨ ਵਿੱਚ ਨਵਾਂ ਜ਼ਮਾਨਾ 'ਚ, ਉਹਦੇ ਬਾਰੇ ਮੈਂ ਉਹਦੇ ਨਾਲ ਗੱਲ ਕੀਤੀ ਸੀ, ਅਤੇ ਬਚਿੰਤ ਵੀ ਠੀਕ ਹੈ, ਮਨਜੀਤ ਇੰਦਰਾ ਇੱਥੇ ਆਉਂਦੇ ਨੂੰ ਆ ਕੇ ਮਿਲਦੀ ਰਹੀ ਹੈ, ਬਹੁਤਾ ਹੀ ਨਹੀਂ ਮੇਰੀ ਵਾਕਫ, ਅਜੀਤ ਤਾਂ ਮੈਂ ਤੁਹਾਨੂੰ ਦੱਸਿਆ ਵੀ ਅਜੀਤ ਵੀ ਮਿਲਦੀ ਤਾਂ ਰਹੀ ਹੈ ਪਰ ਬਹੁਤੀ ਇੰਨੀ ਵਾਕਫ ਨਹੀਂ ਸੀ ਜਿੰਨੀ ਅੰਮ੍ਰਿਤਾ ਪ੍ਰੀਤਮ ਵਗੈਰਾ। ਜਿੱਦਾਂ ਮੈਂ ਹਾਂ ਦਲੀਪ ਕੌਰ ਟਿਵਾਣਾ ਨੂੰ ਮੈਂ ਜ਼ਰੂਰ ਮਿਲਦਾ ਰਿਹਾ ਪਟਿਆਲੇ ਜਾ ਕੇ, ਬਹੁਤਾ ਪਟਿਆਲੇ ਜਾ ਕੇ ਉਹਦੇ ਘਰ, ਕਿਉਂਕਿ ਉਹ ਕਿਤੇ ਬਹੁਤ ਘੱਟ ਜਾਂਦੀ ਸੀ, ਅਤੇ ਉਹਦਾ ਨਾਵਲ ਇਹ ਹਮਾਰਾ ਜੀਵਣਾ ਮੈਨੂੰ ਬਹੁਤ ਚੰਗਾ ਲੱਗਿਆ ਸੀ, ਛੋਟਾ ਜਿਹਾ ਨਾਵਲ ਹੈ, ਕਹਾਣੀਆਂ ਵੀ ਠੀਕ ਸੀ ਲਿਖਦੀ ਸੀ।
ਕੀਤਾ ਮੇਰੇ ਦੋਸਤਾਂ ਚੋਂ ਹਾਂ ਇਹਦਾ ਆਪਣੀ ਗੱਲ ਨਾਲ ਕੋਈ ਬਹੁਤਾ ਤਲਕ ਨਹੀਂ ਉਂਝ ਮੈਨੂੰ ਚੇਤੇ ਆ ਗਿਆ ਕਿ ਮੇਰੇ ਦੋ ਦੋਸਤ ਇੱਕ ਦਲੀਪ ਕੌਰ ਟਿਵਾਣਾ ਇੱਕ ਡਾਕਟਰ ਸੁਰਜੀਤ ਹਾਂਸ ਇਹ ਇੱਕ ਹਫ਼ਤੇ ਦੇ ਅੰਦਰ ਅੰਦਰ ਦੋਨਾਂ ਦੀ ਡੈਥ ਹੋ ਗਈ ਸੀ ਦੋ ਕੁ ਮਹੀਨੇ ਦੇ ਅੰਦਰ ਅੰਦਰ ਹੀ ਮੋਹਨ ਭੰਡਾਰੀ ਅਤੇ ਗੁਰਦੇਵ ਰੁਪਾਣਾ ਉਹਨਾਂ ਦੀ ਡੈਥ ਵੀ ਇੱਕ ਦੂਜੇ ਦੇ ਨਾਲ ਹੀ ਹੋ ਗਈ ਸੁਭਾਵ ਹੈ ਤਾਂ ਨੇਚਰ ਦਾ ਹੁਣ ਨੇਚਰ ਦਲੀਪ ਕੌਰ ਟਿਵਾਣਾ ਉਹਨਾਂ ਤੋਂ ਜਿਵੇਂ ਦੋ ਦਿਨ ਬਾਅਦ ਜਸਵੰਤ ਕਮਲ ਗਏ ਹੈ ਨਾ ਮੇਰਾ ਖਿਆਲ ਆ ਉਹ ਵੀ ਹਾਂ ਜਸਵੰਤ ਕਮਲ ਦਲੀਪ ਟਿਵਾਣਾ ਅਤੇ ਸੁਰਜੀਤ ਹਾਂਸ ਇਕੱਠੇ ਗਏ ਜਿਵੇਂ ਬਹੁਤ ਸਾਰੇ ਜਿਹੜੇ ਲੋਕ ਉਹਨਾਂ ਨੂੰ ਬਹੁਤ ਨੇੜਿਓਂ ਜਾਣਦੇ ਸੀ ਦਲੀਪ ਕੌਰ ਟਿਵਾਣਾ ਜੀ ਨੂੰ ਤਾਂ ਉਹਨਾਂ ਦਾ ਉਹ ਮਤਲਬ ਜਦੋਂ ਆਪਾਂ ਪਾਠਕ ਵਰਗ 'ਚ ਜਿਹੜੀਆਂ ਗੱਲਾਂ ਸੁਣਦੇ ਆ ਇੱਕ ਦੂਜੇ ਤੋਂ ਇਹ ਹੁੰਦੀਆਂ ਸੀ ਵੀ ਉਹ ਬੜਾ ਭਰਮ ਜਿਹਾ ਜਿਵੇਂ ਆਪਦੀ ਜ਼ਿੰਦਗੀ ਬਾਰੇ ਆਪਦੀਆਂ ਲਿਖਤਾਂ ਜਦੋਂ ਪਾਉਂਦੇ ਸੀ ਹੈ ਨਾ ਥੋੜ੍ਹਾ ਜਿਹਾ ਹਾਂ ਅਤੇ ਨਿੱਜੀ ਜ਼ਿੰਦਗੀ 'ਚ ਸ਼ਾਇਦ ਉਹ ਬਹੁਤ ਤਕਲੀਫ 'ਚ ਵੀ ਸੀਗੇ ਜਾਂ ਨਿੱਜੀ ਜ਼ਿੰਦਗੀ ਇਹ ਚੀਜ਼ਾਂ ਤੁਹਾਨੂੰ ਵੀ ਸੁਣਨ ਨੂੰ ਮਿਲਦੀਆਂ ਹਾਂ ਇਹ ਮੈਨੂੰ ਮੈਂ ਜਾਣਨਾ ਹੈ ਸ਼ੀ ਵਾਜ਼ ਲਾਈਕ ਦੈਟ ਉਹ ਹਰ ਇੱਕ ਬੰਦੇ ਦਾ ਸੁਭਾਅ ਹੁੰਦਾ ਉਹਨੂੰ ਤੁਸੀਂ ਬਦਲ ਨਹੀਂ ਸਕਦੇ ਅਤੇ ਉਹ ਉਹਦੇ ਨਾਲ ਹੀ ਫਿਰ ਨਿਭਦਾ ਜਾਨ ਨਾਲ ਨਿਭਦਾ ਉਹਦੇ ਇਹ ਗੱਲ ਸੱਚੀ ਹੈ ਵੀ ਲੇਖਕ ਮਤਲਬ ਪਾਠਕ ਦੇ ਅੰਦਰ ਆਪਦੀਆਂ ਕਿਤਾਬਾਂ ਦੁਆਰਾ ਬਹੁਤ ਸਿਆਣੇ ਹੋਣ ਦਾ ਭਰਮ ਪਾਉਂਦਾ ਹੈ ਜਦਕਿ ਅਸਲ ਜ਼ਿੰਦਗੀ 'ਚ ਜਿਵੇਂ ਹੁਣ ਮੈਂ ਜੇ ਇਸੇ ਕਿਤਾਬ 'ਤੇ ਗੱਲ ਕਰਾਂ ਤਾਂ ਬਹੁਤ ਸਾਰੇ ਲੋਕ ਬਲਵੰਤ ਗਾਰਗੀ ਹੋਣਾ ਨਾ ਇਸੇ ਲਈ ਨਾਰਾਜ਼ ਹੋ ਗਏ ਸੀ ਪੜ੍ਹ ਕੇ ਕਿ ਤੂੰ ਬਹੁਤ ਅਸਲ ਜਿਹੜਾ ਇਹ ਸਾਡਾ ਉਹ ਇਸ ਕਿਤਾਬ 'ਚ ਲਿਖ ਦਿੱਤਾ ਹੈ ਨਾ ਅਤੇ ਇਹ ਚੀਜ਼ ਹੁੰਦੀ ਹੈ ਕਿ ਨਹੀਂ ਦੇਖੋ ਬਲਵੰਤ ਗਾਰਗੀ ਨੇ ਅਸਲ ਵਿੱਚ ਸਾਦਤ ਹਸਨ ਮੰਟੋ ਨੂੰ ਫੋਲੋ ਕੀਤਾ ਸੀ ਮੰਟੋ ਨੇ ਗੰਜੇ ਫਰਿਸ਼ਤੇ ਨਾਂ ਦੀ ਕਿਤਾਬ ਲਿਖੀ ਸੀ ਜਿਹਦੇ ਵਿੱਚ ਇੱਦਾਂ ਹੀ ਆਪਣੇ ਦੋਸਤਾਂ ਮਿੱਤਰਾਂ ਬਾਰੇ ਸਕੈਚ ਲਿਖੇ ਸੀ ਉਹਨਾਂ ਵਿੱਚ ਖੁੱਲ੍ਹ ਕੇ ਸਾਰਿਆਂ ਦੀਆਂ ਗੱਲਾਂ ਲਿਖੀਆਂ ਸੀ ਜਿਹੜੀਆਂ ਕਈ ਉਹਨਾਂ ਨੂੰ ਜਿਨ੍ਹਾਂ ਬਾਰੇ ਲਿਖੀਆਂ ਸੀ ਉਹਨਾਂ ਨੇ ਪਸੰਦ ਕੀਤੀਆਂ ਕਈਆਂ ਕਈ ਨਾਪਸੰਦ ਕਰਨ ਵਾਲੇ ਸੀ ਇਹ ਇਸੇ ਤਰ੍ਹਾਂ ਬਲਵੰਤ ਗਾਰਗੀ ਨੇ ਸੋਚਿਆ ਵੀ ਮੈਂ ਵੀ ਬਲਵੰਤ ਗਾਰਗੀ ਦੀ ਪ੍ਰੋਜ਼ ਤਾਂ ਬਹੁਤ ਅੱਛੀ ਸੀ ਦੇਰ ਇਜ਼ ਨੋ ਡਾਊਟ ਬਹੁਤ ਸੈਂਟੈਂਸ ਕੰਸਟਰਕਸ਼ਨ ਅਤੇ ਪ੍ਰੋਜ਼ ਬਹੁਤ ਅੱਛੀ ਸੀ ਇਸ ਕਰਕੇ ਉਹਦੀ ਪ੍ਰੋਜ਼ ਨੂੰ ਪੜ੍ਹਨ ਦਾ ਆਪਣੇ ਆਪ ਵਿੱਚ ਹੀ ਬੜਾ ਲੁਤਫ ਹੁੰਦਾ ਸੀ ਅਸੀਂ ਤਾਂ ਮੈਂ ਤਾਂ ਬੀ ਏ 'ਚ ਜਦੋਂ ਪੜ੍ਹਦਾ ਸੀ ਅਤੇ ਇੱਕ ਕਿਤਾਬ ਮੈਂ ਨਾ ਹੀ ਭੁੱਲ ਗਿਆ ਕੋਰਸ ਵਿੱਚ ਲੱਗੀ ਹੋਈ ਸੀ ਉਹਦੀ ਪ੍ਰੋਜ਼ ਦੀ ਕਿਤਾਬ ਬਹੁਤ ਸੋਹਣੀ ਪ੍ਰੋਜ਼ ਲਿਖਦਾ ਹੁੰਦਾ ਸੀ ਉਹ ਅਤੇ ਜਿੱਦਾਂ ਚੰਗੀ ਪੋਇਟਰੀ ਪੜ੍ਹਨ ਦਾ ਮਜ਼ਾ ਆਉਂਦਾ ਇੱਦਾਂ ਕਈ ਵਾਰ ਕਈ ਲੋਕਾਂ ਦੀ ਪ੍ਰੋਜ਼ ਪੜ੍ਹ ਕੇ ਵੀ ਤੁਹਾਨੂੰ ਸਵਾਦ ਆਉਂਦਾ ਹੈ ਗੱਲਾਂ ਭਾਵੇਂ ਉਹਨੇ ਕਿ ਕੋਈ ਕਿਹੋ ਜਿਹੀਆਂ ਵੀ ਲਿਖੀਆਂ ਹੋਣ ਪ੍ਰੋਜ਼ ਤੁਹਾਨੂੰ ਆਪਣੇ ਆਪ ਵਹਾ ਕੇ ਲੈ ਜਾਂਦੀ ਹੈ ਸਟਾਈਲ ਜਿਹੜਾ ਨਾ ਸ਼ੈਲੀ ਜਿਹੜੀ ਆ ਸ਼ੈਲੀ ਤੋਂ ਤੁਸੀਂ ਇੰਪ੍ਰੈਸ ਹੋ ਜਾਂਦੇ ਹੋ ਅਤੇ ਉਹ ਵਿੱਚ ਫਿਰ ਕੋਈ ਇੱਦਾਂ ਦੀ ਗੱਲ ਵੀ ਆ ਜਾਂਦੀ ਹੈ ਲੋਕਾਂ ਨੂੰ ਜਿਹੜੀ ਹਜ਼ਮ ਨਹੀਂ ਹੁੰਦੀ ਜਿਹਦੇ ਬਾਰੇ ਲਿਖੇ ਜਾਂਦੀ ਹੈ ਉਹਨੂੰ ਨਹੀਂ ਹਜ਼ਮ ਦੀ ਕਈ ਵਾਰੀ ਇਹ ਬੜੀ ਆਮ ਗੱਲ ਹੈ ਲੇਕਿਨ ਮੈਂ ਨਹੀਂ ਕਹਿੰਦਾ ਕਿ ਕੋਈ ਆਦਮੀ ਆਪਣੇ ਆਪ ਨੂੰ ਚਮਕਾਉਣ ਬਾਰੇ ਦਲੀਪ ਕੌਰ ਟਿਵਾਣਾ ਬਾਰੇ ਥੋੜ੍ਹਾ ਜਿਹਾ ਹੈ ਲੋਕਾਂ ਦਾ ਵਿਚਾਰ ਮੈਨੂੰ ਵੀ ਥੋੜ੍ਹਾ ਜਿਹਾ ਠੀਕ ਲੱਗਦਾ ਬਲਵੰਤ ਗਾਰਗੀ ਬਾਰੇ ਨਹੀਂ ਇਹ ਕਿਹਾ ਜਾ ਸਕਦਾ ਕਮਲ ਬਾਰੇ ਨਹੀਂ ਕਿਹਾ ਜਾ ਸਕਦਾ ਸ਼ਿਵ ਕੁਮਾਰ ਬਾਰੇ ਵੀ ਨਹੀਂ ਕਿਸੇ ਨਾਲ ਕਿਸੇ ਹੋਰ ਕਿਸੇ ਬਾਰੇ ਛੇਤੀ ਨਹੀਂ ਕਿਹਾ ਜਾਂਦਾ ਸ਼ਿਵ ਕੁਮਾਰ ਬਟਾਲਵੀ ਹੋਣਾ ਬਾਰੇ ਲੋਕ ਮਤਲਬ ਔਰਤਾਂ ਨਾਲ ਜੋੜ ਕੇ ਬਹੁਤ ਕਿੱਸੇ ਸੁਣਾਉਂਦੇ ਨੇ ਜਾਂ ਕਈ ਵਾਰੀ ਇਹ ਵੀ ਹੈ ਕਿ ਆਦਤ ਹੁੰਦੀ ਹੈ ਨਾ ਦੇਖੋ ਗੱਲ ਇਹ ਹੈ ਸ਼ਿਵ ਦਾ ਹਾਲ ਇਹ ਸੀ ਕਿ ਵੀ ਉਹ ਇੰਨਾ ਪਾਪੂਲਰ ਸੀ ਇੰਨਾ ਉਹ ਪਿਆਰਾ ਬੰਦਾ ਸੀ ਨਾ ਕਿ ਕੁੜੀਆਂ ਆਪਣੇ ਸਾਈਕਲ 'ਤੇ ਬਿਠਾ ਕੇ ਉਹਨੂੰ ਲੈ ਜਾਂਦੀਆਂ ਸੀ ਉਹ ਪਿੱਛੇ ਬਹਿ ਜਾਂਦਾ ਸੀ ਅਤੇ ਉਹ ਚਲਾਉਂਦੀਆਂ ਕੁੜੀਆਂ ਚਲਾਉਂਦੀਆਂ ਜਾਂਦੀਆਂ ਅਤੇ ਉਹ ਤਾਂ ਉਹਦੀ ਪਾਪੂਲਰ ਹੋਣ ਦੀ ਗੱਲ ਹੈ ਉਹ ਜੁੜ ਜਾਣਾ ਤਾਂ ਹੋਰ ਗੱਲ ਦਾ ਉਹ ਕੋਈ ਕੁੜੀਆਂ ਦੇ ਨਾਲ ਕੋਈ ਉਹਦਾ ਰਿਸ਼ਤਾ ਕੋਈ ਸੈਕਸ ਦਾ ਰਿਸ਼ਤਾ ਨਹੀਂ ਸੀ ਉਹਦੀ
ਵਡਿੱਤਣ ਦਾ ਰਿਸ਼ਤਾ ਸੀ ਜਿਹਦੇ ਕਰਕੇ ਕੁੜੀਆਂ ਮਤਲਬ ਉਹ ਕਹਿੰਦੇ ਨਹੀਂ ਮੈਂ ਆਪਣੇ ਸਾਈਕਲ 'ਤੇ ਬਿਠਾਉਣਾ ਮੈਂ ਆਪਣੇ ਸਾਈਕਲ 'ਤੇ ਬਿਠਾਉਣਾ ਇੱਦਾਂ ਵੀ ਕਈ ਵਾਰੀ ਹੁੰਦਾ ਮੇਰੇ ਨਾਲ ਨਹੀਂ ਬੈਠਾ ਗੁੱਸੇ ਹੋ ਜਾਂਦੀਆਂ ਸੀ ਉਸ ਵਕਤ ਜ਼ਿਆਦਾ ਪਾਪੂਲੈਰਿਟੀ ਸੀ ਲੇਖਕਾਂ ਦੀ ਕਿ ਤੁਹਾਨੂੰ ਲੱਗਦਾ ਵੀ ਹੁਣ ਦੇ ਦੌਰ 'ਚ ਜ਼ਿਆਦਾ ਹੈ ਉਦੋਂ ਜ਼ਿਆਦਾ ਸੀ ਹੁਣ ਨਾ ਦੂਜਾ ਮੀਡੀਆ ਬਹੁਤ ਆ ਗਿਆ ਹੁਣ ਰਿਟਨ ਵਰਡ ਓਨਾ ਨਹੀਂ ਇਹ ਗੱਲ ਵੱਖਰੀ ਹੈ ਕਿ ਵੀ ਜਿਹੜੇ ਲੋਕ ਤਸੱਲੀ ਨਾਲ ਕੋਈ ਚੀਜ਼ ਪੜ੍ਹਨਾ ਚਾਹੁੰਦੇ ਉਹ ਕਿਤਾਬ ਵਿੱਚੋਂ ਹੀ ਪੜ੍ਹਦੇ ਹੈ ਕਿਉਂਕਿ ਉਹ ਮਿਟਾਈ ਨਹੀਂ ਜਾ ਸਕਦੀ ਜਿਹੜੀ ਟੀ ਵੀ 'ਤੇ ਕਹੀ ਹੋਈ ਹੈ ਜਾਂ ਰੇਡੀਓ 'ਤੇ ਕਹੀ ਹੋਈ ਹੈ ਉਹ ਤਾਂ ਮਿਟ ਜਾਂਦੀ ਹੈ ਇੱਕ ਕਿਸਮ ਦੀ ਉਹਦਾ ਕਹਿੰਦਾ ਹਾਂ ਮੈਂ ਕਹਿਤੀ ਹੋਣੀ ਹੈ ਜਾਂ ਕਰ ਲਈ ਹੋਣੀ ਹੈ ਅਤੇ ਰਿਟਨ ਵਰਡ ਤੋਂ ਤੁਸੀਂ ਮੁੱਕਰ ਨਹੀਂ ਨਾ ਸਕਦੇ ਉਹ ਛਪਿਆ ਹੋਇਆ ਬਲੈਕ ਐਂਡ ਵਾਈਟ ਛਪ ਜਾਂਦਾ ਅਤੇ ਰਿਟਨ ਵਰਡ ਜੇ ਜਿਹਨੇ ਆਪਣੀ ਤਸੱਲੀ ਕਰਨੀ ਹੈ ਕਿਸੇ ਬਾਰੇ ਕਿਸੇ ਸਿਚੁਏਸ਼ਨ ਬਾਰੇ ਕਿਸੇ ਉਹ ਰਿਟਨ ਵਰਡ ਹੀ ਪੜ੍ਹਦਾ ਹੈ ਉਹ ਕਿਤਾਬ ਹੀ ਪੜ੍ਹਦਾ ਕਹਾਣੀ ਉਹ ਪੜ੍ਹੇ ਕਵਿਤਾ ਪੜ੍ਹੇ ਜਾਂ ਕੁਛ ਵੀ ਪੜ੍ਹੇ ਲੇਕਿਨ ਪਾਪੂਲਰ ਆ ਹੋਇਆ ਬਹੁਤਾ ਕਿਉਂਕਿ ਇਹਦੇ ਤੁਹਾਨੂੰ ਮਿਹਨਤ ਨਹੀਂ ਕਰਨੀ ਪੈਂਦੀ ਤੁਸੀਂ ਖਾਣਾ ਖਾ ਰਹੇ ਹੋ ਅਤੇ ਤਾਂ ਵੀ ਦੇਖ ਰਹੇ ਹੋ ਅਤੇ ਪਿੱਛੇ ਸੁਣੀ ਜਾਂਦੇ ਹੋ ਵਿੱਚੇ ਹੋਰ ਅਤੇ ਕੋਈ ਵਾਕਫ ਆਇਆ ਅਤੇ ਵਿੱਚੇ ਉਹ ਵੀ ਲੱਗਿਆ ਹੋਇਆ ਅਤੇ ਤੁਸੀਂ ਵਾਕਫ ਨਾਲ ਵੀ ਗੱਲਾਂ ਕਰੀ ਜਾਂਦੇ ਹੋ ਰਾਈਟਿੰਗ ਤੁਹਾਡੀ ਕੰਸੈਂਟਰੇਸ਼ਨ ਮੰਗਦੀ ਹੈ ਜਿੱਦਾਂ ਜਿਹਨੇ ਕੋਈ ਵੀ ਸ਼ਾਇਦ ਪੰਜਾਬੀ ਕਿਤਾਬਾਂ ਬਹੁਤ ਘੱਟ ਕਿਸੇ ਨੇ ਪੜ੍ਹੀਆਂ ਹੋਣਗੀਆਂ ਨਾ ਉਹਨਾਂ ਨੇ ਵੀ ਮੈਨੂੰ ਲੱਗਦਾ ਹੁੰਦਾ ਕੁਲਵੰਤ ਸਿੰਘ ਵਿਰਕ ਉਹਨਾਂ ਦੀ ਖੱਬਲ ਕਹਾਣੀਆਂ ਜਿਹੜੀ ਉਹ ਜ਼ਰੂਰ ਪੜ੍ਹੀ ਹੋਊਗੀ ਨਹੀਂ ਨਹੀਂ ਉਹ ਕੁਲਵੰਤ ਸਿੰਘ ਵਿਰਕ ਦੀਆਂ ਤਿੰਨ ਚਾਰ ਕਹਾਣੀਆਂ ਤਾਂ ਹਰ ਇੱਕ ਨੇ ਧਰਤੀ ਹੇਠਲਾ ਬਲਦ ਖੱਬਲ ਤੂੜੀ ਦੀ ਪੰਡ ਕੁਲਵੰਤ ਸਿੰਘ ਵਿਰਕ ਬਹੁਤ ਅੱਛਾ ਕਮਾਲ ਦਾ ਸਟੋਰੀ ਰਾਈਟਰ ਸੀ ਉਹ ਸਾਰਿਆਂ ਨੇ ਉਹ ਤੋਂ ਸੀਨੀਅਰ ਬੰਦਿਆਂ ਨੇ ਵੀ ਮੰਨਿਆ ਸੰਤ ਸਿੰਘ ਸੇਖ ਉਹਨਾਂ ਨੇ ਵੀ ਮੰਨਿਆ ਕਰਤਾਰ ਸਿੰਘ ਦੁੱਗਲ ਨੇ ਵੀ ਮੰਨਿਆ ਹਾਲਾਂਕਿ ਕਰਤਾਰ ਸਿੰਘ ਦੁੱਗਲ ਉਹਨੇ ਬੜੀਆਂ ਲਿਮਿਟਿਡ ਜਿਹੀਆਂ ਕਹਾਣੀਆਂ ਲਿਖੀਆਂ ਤਿੰਨ ਚਾਰ ਹੀ ਕਿਤਾਬਾਂ ਛਪੀਆਂ ਸੀ ਫਿਰ ਉਹਨੂੰ ਸਟਰੋਕ ਹੋ ਗਿਆ ਸੀ ਅਤੇ ਦੁੱਗਲ ਦੀਆਂ ਤਾਂ ਮੇਰਾ ਖਿਆਲ ਹੈ 25 ਕਹਾਣੀਆਂ ਦੀਆਂ ਕਿਤਾਬਾਂ ਹੋਣੀਆਂ ਅਤੇ ਲੇਕਿਨ ਵਿਰਕ ਫਿਰ ਵੀ ਜ਼ਿਆਦਾ ਲੋਕਾਂ ਦੇ ਮਨਾਂ 'ਚ ਹੈ ਕਿਉਂਕਿ ਉਹ ਬਹੁਤ ਪਤੇ ਦੀ ਗੱਲ ਬਹੁਤ ਬੰਦੇ ਦੇ ਮਨ ਵਿੱਚ ਜੋ ਗੱਲ ਹੈ ਨਾ ਉਹ ਤੂੜੀ ਦਾ ਪੰਡ ਵਿੱਚ ਜਿੱਦਾਂ ਉਹਦਾ ਨਾਇਕ ਜਿਹੜਾ ਕਹਾਣੀ ਦਾ ਮੈਨੂੰ ਨਾਂ ਨਹੀਂ ਯਾਦ ਉਹਦਾ ਵੀ ਜਦੋਂ ਖਲਾਰਾ ਜਿਹਾ ਪੈ ਗਿਆ ਹਰ ਇੱਕ ਗੱਲ ਦਾ ਅਤੇ ਨੀਵੀਆਂ ਜਾਤਾਂ ਦੇ ਲੋਕ ਵੀ ਬਰਾਬਰ ਦੀ ਗੱਲ ਕਰਨ ਲੱਗ ਗਏ ਅਤੇ ਉਹਨੂੰ ਲੱਗਿਆ ਕਿ ਵੀ ਹੁਣ ਉਹ ਜਿੱਦਾਂ ਤੂੜੀ ਦੀ ਪੰਡ ਦਰਿਆ 'ਚ ਖਿੰਡ ਗਈ ਹੈ ਉਹਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ ਇੱਦਾਂ ਦੇ ਖੱਬਲ ਦਾ ਵੀ ਇਹੋ ਹੀ ਹੈ ਜਿਹੜੇ ਉਹਨੇ ਬਣਾਏ ਨਾ ਬਿੰਬ ਬਣਾਏ ਆ ਸਿੰਬਲ ਬਣਾਏ ਆ ਉਹ ਸਿੰਬਲ ਬੜੇ ਕਮਾਲ ਦੇ ਆ ਦੁੱਧਾ ਛੱਪੜ ਦੇ ਵੀ ਦੁੱਧਾ ਛੱਪੜ ਵੀ ਉਹ ਆਪਣੀ ਵਾਈਫ ਤੋਂ ਡਰਦਾ ਕਿ ਵੀ ਵਾਈਫ ਇਹ ਨਾ ਕਹੇ ਕਿ ਵੀ ਮੈਂ ਵੀ ਦੁੱਧ ਜਿਹੜੀ ਆ ਮੱਝ ਪੀ ਗਈ ਹੈ ਜਾਂ ਕੁਛ ਹੋਰ ਪੀ ਗਈ ਹੈ ਉਹ ਜਿੰਨਾ ਕੁ ਸੀਗਾ ਉਹਨੇ ਡੋਲ ਦਿੱਤਾ ਤਾਂ ਕਿ ਪਾਣੀ ਵਿੱਚ ਰਲ ਜਾਏ ਅਤੇ ਉਹ ਕਹਿੰਦੀ ਹਾਂ ਕਿੰਨਾ 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 ਦੁੱਧ ਡੁੱਲ ਗਿਆ ਉਹ ਨਹੀਂ ਸੀ ਪਤਾ ਵੀ ਉਹਦੀ ਮੱਝ ਆ ਗਊ ਆਪ ਪੀ ਗਈ ਸੀ ਵਗੈਰਾ ਬਹੁਤ ਅੱਛਾ ਵਿਰਕ ਬਹੁਤ ਅੱਛਾ ਰਾਈਟਰ ਸੀ MS ਰੰਧਾਵਾ ਬਹੁਤ ਅੱਛਾ ਐਡਮਿਨਿਸਟ੍ਰੇਟਰ ਸੀ ਅਮ੍ਰਿਤਾ ਪ੍ਰੀਤਮ ਬਹੁਤ ਅੱਛੀ ਪਰਸਨ ਸੀ ਬੜੇ ਚੰਗੇ ਦੋਸਤ ਚੰਗੇ ਵਾਕਫ ਜ਼ਿੰਦਗੀ 'ਚ ਮਿਲੇ ਨੇ ਜਿੱਦਾਂ ਹੁਣ ਦੇ ਲੇਖਕ ਨੇ ਜਿਹੜੇ ਉਹ ਕਈ ਵਾਰੀ ਮਤਲਬ ਇੱਕ ਦੂਜੇ ਨੂੰ ਕੋਈ ਸਨਮਾਨ ਮਿਲਣ 'ਤੇ ਹੈ ਨਾ ਸ਼ਾਇਦ ਉਨੀ ਖੁਸ਼ੀ ਨਹੀਂ ਮਹਿਸੂਸ ਕਰਦੇ ਕਿਉਂਕਿ ਪੰਜਾਬੀ ਸਾਹਿਤਕਾਰਾਂ ਬਾਰੇ ਕਿਹਾ ਜਾਂਦਾ ਵੀ ਹੁਣ ਦੇ ਲੇਖਕਾਂ 'ਚ ਧੜੇ ਬਣ ਗਏ ਨੇ ਅਤੇ ਤੁਹਾਡੇ ਵਕਤ ਇਹ ਚੀਜ਼ਾਂ ਹੁੰਦੀਆਂ ਸੀ ਵੀ ਜਦੋਂ ਕਿਸੇ ਨੂੰ ਸਨਮਾਨ ਮਿਲਦਾ ਸੀ ਹੁੰਦੀਆਂ ਤਾਂ ਸੀ ਜਿੱਦਾਂ ਮਿਸਾਲ ਦੇ ਤੌਰ 'ਤੇ
ਜਦੋਂ ਮੈਨੂੰ ਸਾਹਿਤ ਅਕੈਡਮੀ ਦਾ ਅਵਾਰਡ ਮਿਲਿਆ ਅਤੇ ਮੇਰੀ ਬਹੁਤ ਚਰਚਾ ਹੋਈ ਅਖਬਾਰਾਂ ਵਿੱਚ। ਉਹਦਾ ਕਾਰਨ ਬਹੁਤਾ ਇਹ ਨਹੀਂ ਸੀ ਕਿ ਵੀ ਮੈਂ ਬਹੁਤ ਅੱਛਾ ਰਾਈਟਰ ਸੀ, ਉਹਦਾ ਕਾਰਨ ਬਹੁਤਾ ਇਹ ਸੀ ਕਿ ਵੀ ਮੇਰੇ ਤੋਂ ਪਹਿਲਾਂ ਇੱਕ ਸੁਖਪਾਲ ਵੀਰ ਸਿੰਘ ਹਸਰਤ ਨੂੰ ਮਿਲ ਗਿਆ ਸੀ ਜਿਹਨੂੰ ਲੋਕ ਬਹੁਤਾ ਚੰਗਾ ਰਾਈਟਰ ਨਹੀਂ ਸੀ ਮੰਗਦੇ, ਅਤੇ ਇੱਕ ਵਿਸ਼ਵਨਾਥ ਤਿਵਾੜੀ ਨੂੰ ਮਿਲ ਗਿਆ ਸੀ ਜਿਹਨੂੰ ਰਾਈਟਰ ਦੇ ਤੌਰ 'ਤੇ ਬਹੁਤ ਅੱਛਾ ਨਹੀਂ ਸੀ ਮੰਨਦੇ। ਅਤੇ ਮੈਨੂੰ ਜਦੋਂ ਮੈਨੂੰ ਮਿਲਿਆ ਅਤੇ ਫਿਰ ਲੋਕਾਂ ਨੂੰ ਸ਼ੁਕਰ ਹੈ ਵੀ ਠੀਕ ਲੀਹ 'ਤੇ ਪਿਆ। ਅਤੇ ਇਹ ਕਈ ਕਈ ਸਿਚੁਏਸ਼ਨ ਹੁੰਦੀਆਂ ਨੇ, ਉਹ ਸਿਚੁਏਸ਼ਨ ਵੀ ਤੁਹਾਨੂੰ ਹੋ ਜਾਂਦੀ ਹੈ। ਆਪਸ ਵਿੱਚ ਵੀ ਤੁਸੀਂ ਇੱਕ ਦੂਜੇ ਦੀ ਆਲੋਚਨਾ ਕਰਦੇ ਸੀ ਜਾਂ ਮਤਲਬ ਉਸ ਚੀਜ਼ ਬਾਰੇ ਗੱਲ ਕਰਦੇ ਰਹੀ ਤਾਂ ਅਸੀਂ ਤਾਂ ਸਾਡੇ ਵੇਲਿਆਂ 'ਚ ਤਾਂ ਅਸਲ 'ਚ ਵੀਕਲੀ ਮੀਟਿੰਗਸ ਬੜੀਆਂ ਹੁੰਦੀਆਂ ਸੀ, ਈਵਨ ਦਿੱਲੀ 'ਚ ਵੀ ਇੱਕ ਗਿਆਨੀ ਹਰੀ ਸਿੰਘ ਨਾਮ ਦਾ ਬੰਦਾ ਹੁੰਦਾ ਸੀ, ਉਹ ਆਪ ਖੁਦ ਮੈਟ੍ਰਿਕ ਪਾਸ ਸੀਗਾ ਅਤੇ ਸਰਕਾਰੀ ਦਫ਼ਤਰ 'ਚ ਕੰਮ ਕਰਦਾ ਸੀ, ਪਰ ਸਰਕਾਰੀ ਕੁਆਟਰ ਮਿਲਿਆ ਸੀਗਾ। ਉਂਝ ਉਹਨੂੰ ਆਪ ਲਿਖਦਾ ਨਹੀਂ ਸੀ ਕੁਛ ਵੀ, ਰਾਈਟਰ ਨਹੀਂ ਸੀ, ਉਹਨੂੰ ਸ਼ੌਕ ਸੀ। ਹਰ ਹਫ਼ਤੇ ਉਹਦੇ ਘਰ ਮੀਟਿੰਗਾਂ ਹੁੰਦੀਆਂ ਸੀ, ਦਸ ਪੰਦਰਾਂ ਬੰਦੇ ਪੜ੍ਹਦੇ ਸੀ, ਕੋਈ ਆਪਣੀਆਂ ਕਹਾਣੀਆਂ ਪੜ੍ਹਦਾ ਸੀ, ਕੋਈ ਕਵਿਤਾ ਪੜ੍ਹਦਾ ਸੀ। ਜਦ ਕੋਈ ਕਹਾਣੀ ਪੜ੍ਹੀ ਜਾਂਦੀ ਸੀ ਤਾਂ ਉਹਦੇ ਬਾਰੇ ਕ੍ਰਿਟੀਸਿਜ਼ਮ ਹੁੰਦਾ ਸੀਗਾ, ਉਹਦੇ ਵਿੱਚ ਨਿਸ਼ੰਕ ਕਿਹਾ ਜਾਂਦਾ ਸੀ ਵੀ ਆਹ ਗੱਲ ਠੀਕ ਆ, ਆਹ ਗੱਲ ਨਹੀਂ ਹੈ, ਕਵਿਤਾ ਪੜ੍ਹੀ ਜਾਂਦੀ ਆਹ ਗੱਲ ਠੀਕ ਆ, ਆਹ ਗੱਲ ਨਹੀਂ ਹੈ। ਪਰ ਗਿਆਨੀ ਹਰੀ ਸਿੰਘ ਦੇ ਘਰ ਹੁੰਦੀ ਸੀ ਚਾਹ ਉਹ ਪੜਾਉਂਦੇ ਸੀਗੇ ਉਹਨਾਂ ਦੇ ਘਰ ਦੇ, ਸਾਡੇ ਪਿੰਡਾਂ ਵੱਲ ਦਾ ਸੀ ਉਹ, ਸਾਡੇ ਮੇਰੇ ਪਿੰਡ ਤੋਂ 2-4 ਮੀਲ 'ਤੇ ਪਿੰਡ ਸੀ ਉਹਦਾ। ਅਤੇ ਅਸੀਂ ਹੁਣ ਉਹਨੇ ਹੀ ਇਹ ਫਿਰ ਸਾਡੇ ਲਈ ਪੰਜਾਬੀ ਸਾਹਿਤ ਸਭਾ ਬਣਾ ਦਿੱਤੀ, ਸਾਡੇ ਲਈ ਪਲੋਟ ਮਿਲ ਗਿਆ ਦਿੱਲੀ 'ਚ, ਅਸੀਂ ਉੱਥੇ ਬਿਲਡਿੰਗ ਬਣਾ ਲਈ। ਬਹੁਤਾ ਕੰਮ ਤਾਂ ਫਿਰ ਪਾਪਾ ਪ੍ਰੀਤਮ ਸਿੰਘ ਨੇ ਆਪਣੇ ਕੰਟੈਕਟ ਕਰਕੇ ਕੀਤਾ, ਲੇਕਿਨ ਸ਼ੁਰੂਆਤ ਜਿਹੜੀ ਉਹ ਗਿਆਨੀ ਹਰੀ ਸਿੰਘ ਦੇ ਨਾਂ ਦੀ ਬੋਲਦੀ ਹੈ। ਉਸ ਵੇਲੇ ਕੋਈ ਮਾਇੰਡ ਨਹੀਂ ਸੀ ਕਰਦਾ ਵੀ ਉਹਦੀ ਕਵਿਤਾ 'ਚ ਤੁਸੀਂ, ਬਲਕਿ ਸੋਧ ਵੀ ਲੈਂਦੇ ਸੀ ਕਈ ਵਾਰੀ ਲੋਕ ਕਹਾਣੀ ਜਾਂ ਕਵਿਤਾ ਨੂੰ, ਜੇ ਕਿਸੇ ਨੇ ਕਹਿਣਾ ਵੀ ਇੱਦਾਂ ਨਹੀਂ ਸੀ, ਐਂ ਠੀਕ ਨਹੀਂ ਲੱਗਦੀ, ਤਾਂ ਉਹਨਾਂ ਨੇ ਸੋਚਣਾ ਵੀ ਇਹਨੂੰ ਐਂ ਕਰ ਲਈਏ ਤਾਂ ਠੀਕ ਹੋ ਜਾਏਗੀ। ਉਹ ਬਦਲ ਵੀ ਲੈਂਦੇ ਸੀ 2-4 ਪੈਰੇ ਜਾ ਕੇ, ਇਸ ਤਰ੍ਹਾਂ ਸੀ। ਮੋਹਨ ਸਿੰਘ ਹੋਣਾ ਦੇ ਘਰ ਦੀਆਂ ਪਾਰਟੀਆਂ ਵੀ ਬਹੁਤ ਮਸ਼ਹੂਰ ਸੀ। ਮੋਹਨ ਸਿੰਘ ਵੀ ਉਹਨੂੰ ਵੀ ਬੰਦਿਆਂ ਨੂੰ ਐਂਟਰਟੇਨ ਕਰਨ ਦਾ ਬੜਾ ਸ਼ੌਕ ਸੀ। ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕਰ ਰਹੇ ਹੋ ਨਾ? ਹਾਂ, ਉਹਦੇ ਘਰ ਵੀ ਕੁਛ ਤਾਂ ਇਸ ਕਰਕੇ ਕਿ ਵੀ ਉਹ ਪਬਲੀਕੇਸ਼ਨ ਹਾਊਸ ਸੀ ਉਹਨਾਂ ਦਾ ਆਪਣਾ, ਲੇਕਿਨ ਬਹੁਤੇ ਇਸ ਕਰਕੇ ਕਿ ਵੀ ਉਹਦੀ ਵਾਈਫ ਜਿਹੜੀ ਸੀ ਨਾ ਮੋਹਨ ਸਿੰਘ ਦੀ, ਉਹ ਲੋਕਾਂ ਦੇ ਆਇਆਂ 'ਤੇ ਸਿਰ 'ਤੇ ਤਿਉੜੀ ਨਹੀਂ ਸੀ ਮੱਥੇ 'ਤੇ ਪਾਉਂਦੀ, ਅਤੇ ਉਹ ਚਾਹ ਪਾਣੀ ਦੇ ਕੇ ਸਰਵ ਕਰਕੇ ਖਾਣਾ ਖਿਲਾ ਕੇ ਖੁਸ਼ ਬੜੀ ਹੁੰਦੀ ਸੀ। ਮੋਹਨ ਸਿੰਘ ਵੀ ਬਹੁਤ ਵਧੀਆ ਬੰਦਾ। ਇਸ ਤੋਂ ਇਲਾਵਾ ਕਿਹਨੇ ਕਿਹਦੇ ਕਿਹਦੇ ਨਾਲ ਤੁਹਾਨੂੰ ਬੈਠਣ ਦਾ ਮਿਲਣ ਦਾ ਮੌਕਾ ਮਿਲਿਆ? ਕਿਹਨਾਂ ਨਾਲ ਤੁਹਾਡੀ ਸਾਂਝ ਜਿਹੜੀ ਬਹੁਤ ਵਧੀਆ ਰਹੀ ਉਸ ਵਕਤ? ਤਕਰੀਬਨ ਸਾਰਿਆਂ ਦਾ ਜ਼ਿਕਰ ਹੋ ਗਿਆ। ਕੁਲਵੰਤ ਸਿੰਘ ਵਿਰਕ ਨਾਲ ਬਹੁਤ ਰਹੀ ਹੈ, ਅੰਮ੍ਰਿਤਾ ਪ੍ਰੀਤਮ ਨਾਲ, ਗਾਰਗੀ ਨਾਲ, ਰੰਧਾਵਾ ਨਾਲ, ਮੋਹਨ ਸਿੰਘ ਨਾਲ ਵੀ, ਦੁੱਗਲ ਨਾਲ ਵੀ, ਬਹੁਤੀ ਤਾਂ ਨਹੀਂ ਪਰ ਕਾਫੀ। ਕਮਲ ਨੂੰ ਮੈਂ ਬਹੁਤ ਘੱਟ ਮਿਲਿਆ, ਜਸਵੰਤ ਸਿੰਘ ਕਮਲ ਨੂੰ। ਮੀਸ਼ੇ ਨਾਲ, ਸੋਹਣ ਸਿੰਘ ਮੀਸ਼ਾ ਨਾਲ ਕਾਫੀ ਰਹੀ ਹੈ, ਐਸ ਮੀਸ਼ਾ ਨਾਲ। ਇਹਨਾਂ 'ਚੋਂ ਜਿਹੜੇ ਮਤਲਬ ਜੋ ਵੀ ਇਸ ਦੁਨੀਆ ਤੋਂ ਰੁਖਸਤ ਹੋਏ ਨੇ, ਕਿਹਨੂੰ ਤੁਸੀਂ ਸਭ ਤੋਂ ਵੱਧ ਯਾਦ ਕਰਦੇ ਹੋ? ਕੋਈ ਬਹੁਤਾ ਨਹੀਂ ਕਿਸੇ ਨੂੰ ਇਸ ਤਰ੍ਹਾਂ ਨਹੀਂ ਯਾਦ ਆਉਂਦੇ, ਜਿੱਦਾਂ ਤੁਸੀਂ ਪੁੱਛਦੇ ਹੋ ਤਾਂ ਚੇਤੇ ਆ ਜਾਂਦੇ, ਅਦਰਵਾਈਜ਼ ਜਿੰਨਾ ਚਿਰ ਕੋਈ ਸਿਚੁਏਸ਼ਨ ਨਾ ਹੋਵੇ। ਹੁਣ ਇੱਕ ਤਾਂ ਆਪਣੇ ਆਪ ਵਿੱਚ ਹੀ ਬਿਜ਼ੀ ਬਹੁਤ ਰਹੀਦਾ, ਕੋਲਮ ਵੀ ਲਿਖਣਾ ਹੁੰਦਾ ਅਤੇ ਫੈਮਿਲੀ ਨਾਲ ਵੀ ਵਿਹਾਰ ਕਰਨਾ ਹੁੰਦਾ, ਅਤੇ ਆਪਣਾ ਵੀ ਸੋਚਣਾ ਹੁੰਦਾ ਵੀ ਕੁਛ ਹੋਰ ਲਿਖ ਲਈਏ,
हूँ ज़्यादा ध्यान इधर वाल रहा है। हालांकि ये नहीं है कि भी मिसाल के तौर पर मैं हूँ कोई मैनू ये झोरा नहीं है भी मैं आ काम नहीं कर सकिया जिन्ना क मैं करना सी कर लिया होया ते मैं तो हूँ लोगों को कहना कि उपर मैं अर्जी पाई हुई है उपर वाले अल्जाइमर हो गया वो होर ना नू ले जांदा मेरी बारी नहीं आ रही नहीं हो सकता थोड़े तो अजे कोई होर कुछ लिखवाना रहिंदा होवे ना क्योंकि लोग बड़ा उड़ीक रखते हैं थोड़े कालम दी ओ कालम तो मेरा चलो मैं इस करके भी लिखी जाना लोगों को पता रहे भी जीवदा है हर हफ्ते खबर आ जाती है उंज रुपिंदर हुण कोई बहुता नहीं है भी आ चीज़ मैं नावल भी जिहड़ा लिखना भी वह ये नहीं मेरे मन में भी जो नहीं लिखा जाऊगा तो मैनू कोई झोरा होगा तो नहीं लिखा जाऊगा तो नहीं लिखा जाऊगा लेकिन मैं कहना कि भी चलो वेले बैठन नालों मैं कई किताबा एडिट भी करता रहना हूँ मैगजीन वाले भी पिछे पे रेंदे है जी हूँ सिरजना ने 200वां का आ जरा उपर पे इतने 200वां क्या तो मैं कुछ नहीं सी लिखना चाहता कुछ तो लिखो जी कुछ तो लिखो मैं क्या जो मर्जी लिख दो फिर मैं तो मेरा चंडीगढ़ ही मैं लिख दिता तो वो फिर लोगों ने पसंद भी बड़ा किया क्योंकि मैं बिच 1951 बिच भी इस एरिए आया सी वो लंबी कहानी है कोई मैं एक बिजनेस जहाँ किया अपने मेरे मासी का पिंड है इतने चंडीगढ़ के नेड़े डेरा बसी को सुंडरा खेड़ी मेरा मास्टर जिहड़ा सी वो कहिंदा आपां कोई बिजनेस करिए असीं बिजनेस करन दा उहने मैनूं कहा कि तू शिमले बह जा जाके ते मैं थले तो तैनूं भेज दिया करूँगा सब्जियां ते आंडे ते फल फ्रूट तू उत्थे आरती दी दुकान ते उहनां नूं नीलाम करा दिया करी मैं फिर आरती दे जिहड़ा आरती सी उत्थे बापू मास्टर दा वाकफ उहदे दुकान ते मैं सौंदा रहा 2 महीने काम किया फिर दो 250 रुपया उन्होंने 250 रुपया बड़ा हुंदा सी मैं 500 रुपया पाया सी बापू जी ने ए एफ ए तो बाद दी गल मैं अजे बी ए करनी सी विचलियां छुट्टियां च मैं इत्थे काम किया जिहड़ी गल मैं लोगों को बहुत आम तौर पर दसदा रहना वो ये कि उस वेले आ जिहड़ा जीरकपुर है ना इहनू पटियाला मोड़ कहिंदे हुंदे सी कि उह पटियाले नूं सड़क मुड़दी है ना इत्थों पटियाला मोड़ दे उत्ते जिथे हुण अज कल इन्नियां बिल्डिंगां बन गईयां इन्ना कुछ है 1951 विच एक चाह बनाउण वाला बैठा हुंदा सी ते एक पेंचर लाउण वाला साइकलां दे ते वो चाह बनाउण वाले दा भी कदे कदे चाह पींदा सी कोई उहदे कोलों कदे नहीं सी पींदा उहने की बकरी खेतां छड्डी हुई हुंदी सी जदों चाह वाला कोई आउंदा सी जाके बकरी दे डोके कट के चाह पड़ा के पड़ा दिंदा सी ਉਹ ਜਦੋਂ ਆਰਟੀਕਲ ਛਪਿਆ ਨਾ ਫਿਰ ਮਹੀਨੇ ਕੁ ਬਾਅਦ ਮੈਨੂੰ ਕਿਸੇ ਦਾ ਟੈਲੀਫੋਨ ਆਇਆ ਕਹਿੰਦੇ ਜੀ ਮੈਂ ਚਾਹ ਵਾਲੇ ਦਾ ਪੋਤਾ ਬੋਲ ਰਿਹਾ ਮੈਂ ਉਹਦੀ ਵੀ ਉਹ ਮੈਂ ਕਿਹਾ ਹੁਣ ਫਿਰ ਮੈਂ ਉਹਦੀ ਦੁਕਾਨ 'ਤੇ ਗਿਆ ਬੜੀ ਵੱਡੀ ਦੁਕਾਨ ਹੈ ਉਹਦੀ ਹੁਣ ਅਤੇ ਜ਼ਿੰਦਗੀ 'ਚ ਬਸ ਦੇਖ ਲਿਆ ਸਭ ਕੁਛ ਕਰ ਲਿਆ ਸਭ ਕੁਛ एक सवाल मैनू लगता है भी मैं किसी साहित्यकार नू ही पूछ सकदी हां ना मैं तुहानू पूछना चाहुंदी हां कि जदों शिव कुमार हुणी आखिरी बार चंडीगढ़ छड के गए बटाले गए उस तो बाद तो इस किताब च लिखा है कि वह चंडीगढ़ शहर च एक चौंक च खलो के ना थुक के गए सीगे कि मैं मुड़ के इस शहर च कदी वापस नहीं आऊँगा तो बिल्कुल इदां ही अजीत कौर हुणा वर्गे बारे है कि वह जिंदगी नू बड़ा बकवास समझते ने है ना तो बहुत सारे साहित्यकारों बारे यही है कि वह अखीर तो बहुत कल्ले हो गए ज अखीर तो बहुत स्ट्रैस से इस चीज़ का कोई खास कारण उम्र तो इलावा नहीं ये सुभा की सिचुएशन होंगी है जिदा इकला तो संत सिंह सेखों भी बहुत हो गया सी बलवंत गार्गी भी हो गया सी लेकिन बलवंत गार्गी ने इदा की गल नहीं की भी
अजीत कौर वांग भी मैं मतलब जान थुकण वांग शिव कुमार दा ऐसी भी पहला मैं इन्ना मेरी चढ़त सी हुण मैनू इत्थे पुछदा कोई नहीं पुछदा तो कोई नहीं कि रिहा नहीं सी पुछण वाला हाल उहदा हाल पुछिया होना तो कुछ एवं किसी को जाके 10 मिनट बैठ आना जाके बीमार कोल वो तो कोई गल नहीं ना हैगी गल तो यह कि भी तुसी वो पहला वांग दोस्ती निभाते हो कि नहीं निभाते जां तुहाडे विच उह कण ही नहीं रहिंदा दोस्ती निभाउण दा ते फिर तुहाडा इह गल बड़ी गलत है कि तुसी जिंदगी नूं बकवास कहो जां उस शहर नूं थुको जिसने तुहानूं इन्ना मान सन्मान दिता है इहदे विच सिचुएशन दी गल है लेकिन सेखों साहब बिल्कुल ही अपने पिंड पिंड विच ही डैथ हुई है उहनां दी कोई बड़े शहर च नहीं सीगे रहे कोई बड़े हस्पताल विच भी नहीं ते लेकिन उन्होंने कदे इहनूं अपने पिंड नूं नहीं कहा कि मेरा पिंड रहन जोगा नहीं है जां बिल्कुल नहीं किया एटीट्यूड की गल है सुभा दी तो कुल मिला के ये समा वधिया रहा पर मतलब ये चीज़ है कि पाठक नू ये चीज़ चिंता जरूर दिंदी है जदों किसी की स्वै जीवनी आपां पढ़दे हां कि लिखतां नालों जदों लेखक ने जिहड़े स्वै जीवनियां च बिल्कुल वक्खरे मिलदे ने हैना तां वो चीज़ है जिहड़ी तुहाडे लई मतलब खास करके मेरे लिए भी यही चीज़ जदों मैं दलीप कौर टिवाणा उन्हां नू बहुत पसंद करदी सी लेखका दे तौर ते तो एक बार मैनू मौका मिलया उन्होंने इंटरव्यू करन दा तो मैं कुछ क सवाल उन्होंने यहो जे पुछे जिहड़े मैनू लगदा सी कि उन्होंने किसी इंटरव्यू दे विच उस चीज़ का जवाब नहीं दिता तो उन्होंने कहा सीगा कि नहीं इस चीज़ का मैं जवाब नहीं दूंगी है ना तो वह चीज़ बड़ी ना दूंगा तो कोई मतलब नहीं जवाब तो देना चाहिए तुसी जो महसूस करदे हो कह दो तो साढ़े वर्गे पढ़ने वाले कह देंदे आ मतलब हुण बहुत जिहड़े नवें ने किताबां पढ़दे उह कहिंदे वी लेखक बहुत फेक हुंदे ने ਇਹਨਾਂ ਕੋਲੇ ਹੁਨਰ ਹੁੰਦਾ ਹੈ ਲੋਕਾਂ ਨੂੰ ਆਪਣੇ ਆਪ ਨੂੰ ਚੰਗਾ ਦਿਖਾਉਣ ਦਾ ਨਾ ਤਾਂ ਮੇਬੀ ਹਾਂ ਇਸੇ ਲਈ ਅਸੀਂ ਕਈ ਪਤਾ ਸੋਚਿਆ ਨਹੀਂ ਇਸ ਗੱਲ ਬਾਰੇ ਹਾਂਜੀ ਤੇ ਬਾਕੀ ਤੁਸੀਂ ਚੜ੍ਹਦੀ ਕਲਾ 'ਚੋਂ ਇੱਦਾਂ ਹੀ ਰਹੋ ਮੈਨੂੰ ਲੱਗਦਾ ਕਿ ਹਲੇ ਬਹੁਤ ਸਾਰੀਆਂ ਮੁਲਾਕਾਤਾਂ ਆਪਣੀਆਂ ਕੋਈ ਨਹੀਂ ਲਿਖੀਆਂ ਹੋਈਆਂ ਤਾਂ ਤੁਹਾਡਾ ਹਾਂਜੀ ਗੁੱਡ ਆਫ ਯੂ ਟੂ ਥਿੰਕ ਸੋ ਬਾਕੀ ਇਹ ਹੈ ਕਿ ਵੀ ਚਾਹੁੰਦੇ ਇਹ ਹਾਂ ਵੀ ਕੋਈ ਬੈੱਡ ਰਿਡਨ ਨਾ ਹੋਈਏ अपने आप बारे नहीं मैं होरना बारे भी कहना मैं क्योंकि गुरदेव सिंह रुपाणा उहदी डेथ तो 15 दिन बाद पहला देख के आया मैं ते मेरी मिसेज गए सीगे वो गल नहीं सी कर सकता कुछ भी बोल नहीं सी सकता वो मेरा हाथ ही कुटी गया वो बेड रिडन होना जिहड़ा ना वो नहीं मैनूं चंगा लगता बाकी होना जो होना देखी जाएगी वह तो कुछ नहीं कर सकते बिर केडा बड़ा राइटर सी पर स्ट्रोक ने वह इन्ना बुरा हाल कर दिता सी ये तो मैनू हुण पता लगा वो बच्चों तो बच्चे उन्हों लै गए थे इतों कैनेडा लै गए थे अपने को बड़ी बेटी उहदा बेटा यूपी च हुंदा वह भी आया सी परसों चौथी मिल के गया बड़ा सरजीत कोई 3 साल होया इन्हें मैनूं दस्या कि भी वो आखिरी उम्रे उन्हें वो जड़िया नींद दियां गोलियां ना वो जमा करी गया काफ़ी सारिया किसी नूं दस्या नहीं फिर वो सारिया नींद दियां गोलियां कट्ठियां खा गया ते तां डैथ होई नहीं तां डैथ ही नहीं सी हो रही उहदी हुण उह जीउणा नहीं सी चाहुंदा लेकिन कोई रास्ता नहीं सी तुसी इस सारी मुलाकात नूं वेख्या इस मुलाकात नूं रिकॉर्ड करन दा साडा यही मकसद सी कि गुलजार सिंह संधू हुणा ने जिन्ना अपने खास दोस्तां नाल समां बिताया जिन्ना नूं उह मिलदे रहे ने जिन्हां दीआं किताबां तुसी पढ़दे रहे हो ते बहुत सारीआं गल्लां आले दुआले तों असीं उहनां लेखकां बारे सुणदे हां ਉਹੀ ਅੱਜ ਆਪਾਂ ਉਹਨਾਂ ਦੀ ਜ਼ੁਬਾਨੀ ਸੁਣਨੀਆਂ ਸੀ ਲੇਖਕ ਨੂੰ ਹਮੇਸ਼ਾ ਇੱਕ ਲੇਖਕ ਦੀ ਤਰ੍ਹਾਂ ਪੜ੍ਹੋ ਉਹਦੀਆਂ ਕਿਤਾਬਾਂ ਨੂੰ ਉਸਦੀ ਸਭ ਤੋਂ ਸੋਹਣੀ ਕਿਰਤ ਮੰਨ ਕੇ ਪੜ੍ਹੋ ਕਦੇ ਵੀ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਉਹਨਾਂ ਦੀਆਂ ਕਿਤਾਬਾਂ ਦੇ ਮੁਕਾਬਲੇ ਵਿੱਚ ਲਿਆ ਕੇ ਨਾ ਖੜਾ ਕਰੋ ਕਿਉਂਕਿ ਉਹ ਬਿਲਕੁਲ ਸਾਡੇ ਵਰਗੇ ਹੀ ਲੋਕ ਹੁੰਦੇ ਨੇ ਅਗਲੀ ਵਾਰ ਤੋਂ ਫਿਰ ਇੱਕ ਸ਼ਖਸੀਅਤ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ